सच का भुलेखा पा के बड़ा झूठ बोले अभी झूठ बिचो सच की कहानी किवें लिखेगा मिट्टी नाल मिट्टी उत्ते मिट्टी का तू लिख दिना पानी उत्ते पानी नाल पानी किवें लिखे इस वक्त एक कैंसर पीड़ित ने इन्होंने गल कई विभाग हो गया मैं ना सेके लवाने तो उस तो पहला पहला मेरी इंटरव्यू कर लो गल मुश्करा लो महफल सजा लो क्या जाने कल कोई साथी छूट जाए बीमारी यहोजी है पता नहीं सेकों से उठ सका उभर सका ना उभर सका ना माणा किवें पिया कृपाल सिंह तो तुहाड़ा नाम हो गया तो माणा किवें शब्द नाल जुड़िया माणे नूं ना पुछो तो चंगी गल है जी कन कन्ना ने उची की कहा सहन पाने जानकारां वास्ते एक गल हुंदी किसे एक लई एक गल हुंदी है हजारां वास्ते माणे च मेरा कुछ भी नहीं फिर भी मैं माणा अज आखरी अड़ीकां तेरी भैन नूं जिहनूं छड्ड गया लोकां तों दुख सहन नूं बनेरे बोले कां वीर वे सानूं भुल के कनेडा जाके बह गए रोईए मैं ते मां वीर चाचे ताए भी दिंदे नहीं दरवासे भी मारे पए ने तेर मेर दे जिहड़े यार तेरे वीर सी बनाए कली नूं राह विच घेर माणा साहब कदे किसी गायक ने आके आख्या है बई असी थोड़े बहुत सारे गीत गाए है आ लफाफा सांभ के रखो ये चंद छिलड़ पाए है रेशमी कपड़े देख लेने तुसी ते टहना साहब फिर वो दिल दे गरीब रह गए ना मेरे तो करोड़ां पति ने सिंगर मेरे तो सिंगर यह जे भी है जिन्हां दे मनीला च ब्याज ते रुपया चलता है ते तां वी तुहानू कुछ नहीं दिता मैं दिल का भी अमीर हाँ मैं बजेब का भी अमीर सीगा जी मैनू बेचारे तो मंगने जो जी आवे सो राजी जावे जिहड़ा आया मैं उन्हूं गीत दे के तोरिया मैं कदे उहतों पैसों की इच्छा नहीं रखी होरां दे नां पाउण वास्ते मेरे नूं प्रैशराइज ना किया जाया करे मैं सिर्फ इस गल तो डरदा जिन्हों मैं वध सब तो वध प्यार किया गायकों चो उ नलायक निकलिया कदे जिक्र करूँगा जे कदे परमात्मा ने मैनूं इहो जिहा समां दिता ते जिंदगी बख्शी हुण जिंदगी रस्ते पई हुई है मौत वाले ਜੱਜ ਦਾ ਵਿਚਾਰ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ ਮੈਂ ਹਰਮਨ ਥਿੰਦ ਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਹਾਜ਼ਰ ਨੇ ਸਵਰਨ ਸਿੰਘ ਟੈਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਟੈਣਾ ਸਾਹਿਬ ਕੀ ਹਾਲ ਚਾਲ ਬਹੁਤ ਵਧੀਆ ਜੀ ਚੜ੍ਹਦੀ ਕਲਾ ਤੇ ਅੱਜ ਫਿਰ ਤੋਂ ਅਸੀਂ ਇੱਕ ਖਾਸ ਕਿਸ਼ਤ ਲੈ ਕੇ ਆਏ ਹਾਂ ਬਿਲਕੁਲ ਜੀ ਅੱਜ ਫਿਰ ਇੱਕ ਵੱਡੇ ਕੱਦ ਵਾਲੇ ਨਾਮਣੇ ਵਾਲੀ ਸ਼ਖਸੀਅਤ ਗੀਤਕਾਰ ਨੂੰ ਲੈ ਕੇ ਅਸੀਂ ਹਾਜ਼ਰ ਹਾਂ ਮੈਂ ਅਕਸਰ ਇਹ ਗੱਲ ਕਰਦਾ ਹੁੰਦਾ ਕਿ ਨਵੇਂ ਪੂਰ ਤੇ ਪੁਰਾਣੇ ਪੂਰ ਦੇ ਵਿੱਚ ਇਕੱਲਾ ਵਰਿਆਂ ਦਾ ਫਾਸਲਾ ਨਹੀਂ ਸੋਚ ਦੇ ਵਿੱਚ ਵੀ ਫਾਸਲਾ ਪੈ ਜਾਂਦਾ ਬਿਲਕੁਲ ਕਿਉਂਕਿ ਨਵੇਂ ਪੂਰ ਦੇ ਸਰੋਤੇ ਆ ਜਿਹੜੇ ਉਹ ਨਵੇਂ ਪੂਰ ਦੇ ਗੀਤਕਾਰਾਂ ਦੇ ਗਾਣੇ ਵੱਧ ਸੁਣਦੇ ਆ ਪਰ ਮੇਰਾ ਖਿਆਲ ਆ ਵੀ ਜਿਨ੍ਹਾਂ ਦੇ ਨਾਲ ਅੱਜ ਅਸੀਂ ਕਿਰਪਾਲ ਮਾਣਾ ਸਾਹਿਬ ਦੇ ਨਾਲ ਗੱਲਬਾਤ ਕਰਨੀ ਆ ਇਹਨਾਂ ਦੇ ਗਾਣੇ ਜੇਕਰ ਨਵੇਂ ਪੂਰ ਨੇ ਨਹੀਂ ਸੁਣੇ ਹੋਣਗੇ ਤਾਂ ਇਹਨਾਂ ਦੇ ਬਾਪੂ ਨੇ ਜ਼ਰੂਰ ਸੁਣੇ ਹੋਣਗੇ ਬਿਲਕੁਲ ਸਹੀ ਆ ਇਹਨਾਂ ਦੇ ਟੱਬਰ ਦੇ ਬਾਕੀ ਵੱਡੇ ਵਡੇਰਿਆਂ ਨੇ ਜ਼ਰੂਰ ਸੁਣੇ ਹੋਣਗੇ ਸੋ ਸਾਡੇ ਨਾਲ ਨੇ ਬਠਿੰਡੇ ਤੋਂ ਚੱਲ ਕੇ ਆਏ ਕਿਰਪਾਲ ਮਾਣਾ ਸਾਹਿਬ ਜੀ ਸੋ ਉਹਨਾਂ ਨੂੰ ਬਹੁਤ ਸਾਰੇ ਸਵਾਲ ਪੁੱਛਾਂਗੇ ਕਿ ਗੀਤਕਾਰੀ ਦਾ ਸਫ਼ਰ ਕਿਹੋ ਜਿਹਾ ਰਿਹਾ ਕਿੰਨੀਆਂ ਮਿੱਠੀਆਂ ਸਲੂਣੀਆਂ ਯਾਦਾਂ ਇਹਦੇ ਨਾਲ ਜੁੜੀਆਂ ਕਿਹੜੇ ਕਿਹੜੇ ਗਾਇਕ ਚੰਗੀ ਤਰ੍ਹਾਂ ਨਿਭੇ ਤੇ ਕਿਹੜੇ ਕਿਹੜੇ ਗਾਇਕਾਂ ਨੇ ਧੱਕਾ ਕੀਤਾ ਸਾਰੀਆਂ ਗੱਲਾਂ ਹੋਣਗੀਆਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੀਬਾ ਹਰਮਨ ਥਿੰਦ ਔਰ ਸਾਡੇ ਬਹੁਤ ਹੀ ਪਿਆਰੇ ਟਹਿਣਾ ਸਾਹਿਬ ਬੜੇ ਦਿਨਾਂ ਤੋਂ ਤੁਹਾਡੇ ਪ੍ਰੋਗਰਾਮ ਦੇਖਦਾ ਆ ਰਿਹਾ ਮੈਂ ਤੁਹਾਡਾ ਵੈਸੇ ਵੀ ਫੈਨ ਹਾਂ ਔਰ ਬਹੁਤ ਵਧੀਆ ਲੱਗਦਾ ਮੈਂ ਹਮੇਸ਼ਾ ਚੱਜ ਦਾ ਵਿਚਾਰ ਦੇਖਦਾ ਰਹਿੰਦਾ ਮੈਂ ਪ੍ਰਾਈਮ ਏਸ਼ੀਆ ਦਾ ਤੁਹਾਡੇ ਪ੍ਰੋਗਰਾਮ ਚੱਜ ਦਾ ਵਿਚਾਰ ਦਾ ਅਤੇ ਮੇਰੀ ਜਿਹੜੀ ਆਡੀਅੰਸ ਹੈ ਜਿਹੜੇ ਮੇਰੇ ਦਰਸ਼ਕ ਨੇ ਜਿਹੜੇ ਮੈਨੂੰ ਬਹੁਤ ਪਿਆਰ ਕਰਦੇ ਆ ਮੈਂ ਇਸ ਪ੍ਰੋਗਰਾਮ ਨੂੰ ਹਮੇਸ਼ਾ ਲੋਕਾਂ ਦੀ ਕਚਹਿਰੀ ਸਮਝਿਆ ਕਿਉਂਕਿ ਲੋਕਾਂ ਦੇ ਵਿੱਚ ਜਦੋਂ ਇਹ ਪ੍ਰੋਗਰਾਮ ਜਾਂਦਾ ਤਾਂ ਮੇਰੇ ਦਰਸ਼ਕਾਂ ਦੇ ਮੇਰੇ ਪਿਆਰਿਆਂ ਦੇ ਮੇਰੇ ਸਤਿਕਾਰਯੋਗ ਜਿਹੜੇ ਸਰੋਤੇ ਨੇ ਉਹਨਾਂ ਦੇ ਸੋਹਣੇ ਸੋਹਣੇ ਕਮੈਂਟ ਆਉਂਦੇ ਆ ਉਹ ਕਮੈਂਟ ਫੈਸਲੇ ਕਰਦੇ ਆ ਕਿ ਗੀਤਕਾਰ ਕਿਹੋ ਜਿਹਾ ਇਹ ਗਾਇਕ ਕਿਹੋ ਜਿਹਾ ਜਾਂ ਜਿਹੜੀ ਸ਼ਖਸੀਅਤ ਮੂਹਰੇ ਬੈਠੀ ਗੱਲ ਕਰ ਰਹੀ ਹੈ ਚੱਜ ਦਾ ਵਿਚਾਰ ਦੇ ਵਿੱਚ ਇਹ ਕਿਹੋ ਜਿਹੀ ਪਰਸਨੈਲਿਟੀ ਹੈ ਫਿਰ ਸਾਡਾ ਅੰਦਾਜ਼ ਲੱਗ ਜਾਂਦਾ ਬਾਕੀ ਤੁਹਾਡੇ ਅੱਖੜ ਸਵਾਲਾਂ ਦਾ ਜਦੋਂ ਸਾਹਮਣਾ ਕਰਨਾ ਪੈਂਦਾ ਬੜੇ ਹਨੇਰੀਆਂ ਵਰਗੇ ਸਵਾਲ ਕਰਦੇ ਹੋ ਤੁਸੀਂ ਬੜੇ ਪਿਆਰੇ ਲੱਗਦੇ ਹੋ ਔਰ ਝੂਠ ਤੁਹਾਨੂੰ ਬੋਲਣ ਦੀ ਆਦਤ ਨਹੀਂ ਅਤੇ ਝੂਠ ਅਗਲੇ ਦੇ ਅੰਦਰ ਰਹਿਣ ਵੀ ਨਹੀਂ ਦਿੰਦੇ ਤੁਸੀਂ ਮਾਣਾ ਸਾਹਿਬ ਮੈਂ ਨਾ ਤੁਹਾਡੀ ਇੱਕ ਗੱਲ ਸੁਣ ਕੇ ਬੜਾ ਭਾਵੁਕ ਹੋ ਗਿਆ ਮੈਂ ਸਾਰੇ ਦਰਸ਼ਕਾਂ ਦੇ ਨਾਲ ਹੁਣੇ ਗੱਲ ਖੋਲ੍ਹ ਦੇਣੀ ਚਾਹੁੰਦਾ ਕਿ ਇਸ ਵਕਤ ਇਹ ਕੈਂਸਰ ਪੀੜਤ ਨੇ ਇਹ ਗੱਲ ਹੋ ਸਕਦਾ ਇਹਨਾਂ ਨੂੰ ਚੰਗੀ ਨਾ ਲੱਗੇ ਮੈਂ ਜਨਤਕ ਕਰ ਰਿਹਾ ਇਹ ਕੈਂਸਰ ਪੀੜਤ ਨੇ ਮੈਂ ਚਾਹੁੰਦਾ ਜੀ ਕਿ ਸਾਰੇ ਜਾਣੇ ਇਹਨਾਂ ਦੀ ਸਿਹਤ ਯਾਬੀ ਦੇ ਲਈ ਅਰਦਾਸ ਕਰਿਓ ਬਿਲਕੁਲ ਸਹੀ ਇਹ ਤੰਦਰੁਸਤ ਰਹਿਣ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਹਨਾਂ ਦੀ ਉਮਰ ਲੰਮੀ ਹੋਵੇ ਅਤੇ ਇਹਨਾਂ ਨੇ ਗੱਲ ਕਈ ਵਿਭਾਵਕ ਹੋ ਗਿਆ ਕਹਿੰਦੇ ਬਈ ਮੈਂ ਨਾ ਸੇਕੇ ਲਵਾਉਣੇ ਆ ਅਤੇ ਉਸ ਤੋਂ ਪਹਿਲਾਂ ਪਹਿਲਾਂ ਮੇਰੀ ਇੰਟਰਵਿਊ ਕਰ ਲਓ ਬਿਲਕੁਲ ਮਿਹਰਬਾਨੀ ਬਿਲਕੁਲ ਬਿਲਕੁਲ
धन्यवाद धन्यवाद जी। दरअसल ना मेरे एक गीत गूंजता रहिंदा किसी फिल्म का गीत है वह गालो मुश्करा लो महफलां सजा लो क्या जाने कल कोई साथी छूट जाए। बीमारी यहो जी है पता नहीं कीमो लग चुके हैं मेरे ऑपरेट मेरा हो चुके है डेट लेनी सी हुण किहो जे हुंदे सिक्के उहदा कोई ज्ञान नहीं मैनू ते ओ क्या जाने कल कोई साथी छूट जाए वाली गल हो गई। सिक्क्यां च उठ सकां उभर सकां ना उभर सकां इसलिए बहुत जरूरी समझदा सी। तुहाडा बहुत बहुत धन्नवाद तुसीं मैनूं इत्थे बुला के मेरे आवाम दे मेरे प्यारियां दे मेरे सत्कारयोग लोकां दे जिन्हां ने मैनूं पिछले 31 साल तो स्वीकारिया 35 साल तो स्वीकारिया जो तू मैं गीत लिख रहा तो मेरे प्यारे प्यारे सिंगर मेरे गीत गा रहे हैं। माणा साहब ना माणा किवें पिया किरपाल सिंह तो ना हो गया तो माणा किवें शब्द नाल जुड़िया? माणे नूं ना पुछो तो चंगी गल है जी की होया कन्न कन्नां ने उची की कहा सहनता ने जानकारां वास्ते एक गल हुंदी किसे एक लई एक गल हुंदी है हजारां वास्ते। माणे च मेरा कुछ भी नहीं फिर भी मैं माणा है। हाँ एक्चुअली मैं मेरा बेटा जादविंदर गिल है। हाँ। मेरा पोता शिवमदीप गिल है मैं भी कृपाल सिंह गिल होना चाहिए था सी। हाँ। किसी इंसान ने मेरी किताब दब ली अच्छा वो किताब उन्हें मैंने दिती नहीं उसी का माणा तो मैं क्या तू किताब ना दे मैं तू ना खोल मैं अपने का ना कृपाल माणा कर लिया फिर क्या बात है वाह वाह ये नारियां की तितलियां जब मिलदियां किसी मोड़ ते नींदा हराम कर दियां सीने चो रुग लै जांदियां ये फुल्लां वर्गे बंकियां नूं कैल करके सुटदियां संदली जी नैन कटारियां जद अखां दे विच पांदियां रंगले दुपट्टे हवा विच जद उड़दे सिखर दुपहर नूं बंकियां दा दिल जलाउण लई सड़कां ते अग्गां लांदियां मिठा मिठा जिहा बोल के मूँह विच पतासे घोल के ये माणे नूं कुछ कहिंदियां ते बुल्लां विच मस्कां क्या बात है बहुत इसे तरह की कहानी है। कमाल कर दित्ते। माणा साहब उमर दा किहड़ा मोड़ सी जी किन्नवें वरे दे विच सी जदों पहला गाणा लिखिया? पहला छोटिया छोटिया कवितावान लिखता सी क्योंकि बापू जी कविशर सी प्लस चिट्ठे आया करते पेल रूप बसंत जिंदगी बिलास हीर वारिशा वो पढ़ते होंगे सी मेरे ताया जी प्लस साड़िया पिंड च दुकाना सी खेतीबाड़ी सी बापू जी मैं तो हीर सुनते होंगे जिंदगी बिलास सुनते होंगे मैं पंजवीं चौथी च पढ़ता सी तो फिर तुकबंदी भी करते होंगे कविशरी करते होंगे असी तुकबंदी तो वह पंजवीं छेवीं मैं कवितावान कवितूवान लिखन लग्या तुकबंदी करके तो उतों शुरू होया ये मेरा जरा लिखण का क्योंकि टाइम की बहुत मैं ख्याल रखना पै पहला गाना किड़ा सी पहला गाना फिर जो मैं सरदार सुरजीत सिंह बरनाला जरा जिन्हों का मैं बहुत ही ऋणी रहना अक्सर मैं उन्होंने सत्कार के उसत करता रहना वो जो मुख्यमंत्री पंजाब बने 1985 उन्होंने गुरु नानक देव थर्मल प्लांट बठिंडा के मैं बतौर ड्राइवर भर्ती करवा दिता जी। अच्छा जी तो उदू बाद फिर मैं जो थोड़े वर्गे मित्र से हल्ला शेरियाँ देने वाले कहने एवं डायरी जी पाई रखना कवितावान कवितूवान लिखता तो गीत गूत लिखा कर फिर रिकॉर्ड होया करे तो बजिया कर जो मैं मेरी कवितावान ही गाइया जाए गीत लिखना की है मैं फिर पहला गीत लिखा कि साथों नहीं तेरा प्यार निभदा वो फिर अकबाल कल्याण मुंडा अजकल पत्रकार है वह मोगे वो वाइफ गाँवी हैगी गगनप्रीत बठिंडा उन्हें मेरा ये गीत गाया पहला फिर उतों शुरू होकॉर्ड हो अंदाजा 150-250-300 हुए होंगे जी कद गिनती मिनती करी नहीं। बलकार सिद्धू ने गाए जी गिल हरदीप ने गाए बलबीर चोटिया बलबीर गुरमिंदर सिद्धू अकबाल कल्याण सुखविंदर सोनू रौकी सिंह हरविंदर बाजवा 35 लगभग ने जी सब तो वड्डे तुहाडे गाने बलकार सिद्धू ने गाए जी ते मैं जो हम पिछे जाए असी की बलकार सिद्धू नाल इंटरव्यू भी जी ते मेरे गाना पूरा चेते सीगा जी जिहड़ा ਉਹਦੇ ਵਿੱਚ ਤੁਹਾਡਾ ਨਾਮ ਵੀ ਆਉਂਦਾ ਬਹੁਤ ਰੋਂਦਾ ਪਿਆ ਮਾਣਾ ਘਰੇ ਆ ਜਾ ਸਤਵਿੰਦਰੇ ਤੇਰੇ ਬਾਜੋ ਗਿੱਲ ਕਣਾਂ ਲੱਗ ਗਏ ਨਿਜਿੰਦਰੇ ਚੜ ਆ ਜਾ ਤੂੰ ਬਠਿੰਡੇ ਵਾਲੀ ਰੇਲੇ ਜਾਗਦੇ ਦੀ ਰਾਤ ਲੰਘ ਗਈ ਕਦੋਂ ਹੋਣਗੇ ਚੰਦਰੀਏ ਮੇਲੇ ਲੰਘਦੀ ਹਾਂ ਜਾਗਦੇ ਦੀ ਰਾਤ ਲੰਘਦੀ ਐਕਚੁਅਲੀ ਮੈਡਮ ਨੰਬਰਨਾਲਾ ਸਾਹਿਬ ਨਾਲ ਡਿਊਟੀ ਕਰਦੇ ਸੀ ਉਹਨਾਂ ਦੀ ਪ੍ਰਾਈਵੇਟ ਸੈਕਟਰੀ ਸੀ ਰਸਾਇਣ ਮੰਤਰੀ ਹੁੰਦੇ ਸੀ ਦਿੱਲੀ ਹੁਣ ਉਹਨੇ ਤਾਂ ਝੰਡੀ ਵਾਲੀ ਕਾਰ 'ਚ ਜਾਣਾ ਹੁੰਦਾ ਸੀ ਅਤੇ ਮੇਰੇ ਨਾਲ ਬੱਚੇ ਝਗੜਾ ਕਰਦੇ ਸੀ ਮੇਰਾ ਬੇਟਾ ਅਤੇ ਬੇਟੀ ਕਿ ਰੋਟੀ ਮਿੱਠੀਆਂ ਡਬਲ ਰੋਟੀਆਂ ਖਾਣ ਦੀ ਆਦਤ ਪੈ ਗਈ ਸੀ ਮੱਖਣ ਲਾ ਕੇ ਨਾ ਉਹਨੂੰ ਸੇਕ ਕੇ ਵਿਚਾਲੇ ਮੱਖਣ ਲਾ ਕੇ ਚਾਹ ਨਾਲ ਉਹ ਖਾ ਲਿਆ ਕਰਦੇ ਸੀ ਢਿੱਡ ਪੜ ਕੇ ਹਾਂ ਬਿਲਕੁਲ ਬਿਲਕੁਲ ਉਹ ਫਿਰ ਕਰਦਾ ਸੀ ਜਦੋਂ ਫਿਰ ਕਦੇ ਯਾਦਾਂ ਆਉਂਦੀਆਂ ਸੀ ਅਤੇ ਮੈਡਮ ਦੀਆਂ ਅਤੇ ਫਿਰ ਉਦੋਂ ਫਿਰ ਮੈਂ ਗਾਣੇ ਲਿਖਦੇ ਫਿਰ ਅੱਜ ਕੱਲ੍ਹ ਤਾਂ ਮਾਂ ਦੀ ਮੋਮਬੱਤੀਏ ਤੇਰਾ ਚੱਲਣ ਰਹਿੰਦਾ ਹੋਰਾਂ ਨੂੰ ਤੁਸੀਂ ਆਹ ਵੀ ਲਿਖਿਆ ਬਿਲਕੁਲ ਇਹ ਕਿਹਦੀ ਯਾਦ 'ਚ ਲਿਖਤਾ ਇਹ ਯਾਦ 'ਚ ਨਹੀਂ ਜੀ ਮੇਰੇ ਇਲਾਜ ਆ ਕੇ ਨਾ ਬਠਿੰਡੇ ਰਹਿਣ ਲੱਗ ਗਏ ਅਤੇ ਮੈਡਮ ਸਕੂਟਰ ਚੱਕਿਆ ਕਰੇ ਜੀ ਆਪਣਾ ਚੇਤਕ ਅਤੇ ਉੱਧਰ ਮਾਤਾ ਜੀ ਕੋਲ ਬੈਠੀ ਰਿਹਾ ਕਰੇ ਜਾ ਕੇ ਉਹ ਮੈਂ ਬੜਾ ਪੰਗਾ ਛੱਡਿਆ ਨਾ ਠੁੱਡੇ ਮਾਰ ਗਰੀਬਾਂ ਨੂੰ ਨਾ ਮਿੱਟੀ ਰੋਲ ਨਸੀਬਾਂ ਨੂੰ ਮੈਂ ਕਿਹਾ ਤੂੰ 11 ਵਜੇ ਕੋਈ ਵੇਲਾ
ਬੀਬੀ ਨਾਲ ਗੱਲਾਂ ਤੂੰ ਦਿਨੇ ਮਾਰਿਆ ਕਰ, ਨਾ ਠੁੱਡੇ ਮਾਰ ਗਰੀਬਾਂ ਨੂੰ, ਨਾ ਮਿੱਟੀ ਰੋਲ ਨਸੀਬਾਂ ਨੂੰ, ਤੇਰੇ ਸ਼ਹਿਰ 'ਚ ਚਰਚੇ ਹੋ ਗਏ ਨੀ, ਮੋਹਰ ਪਏ ਜਦ ਚੋਰਾਂ ਨੂੰ, ਅੱਜ ਕੱਲ੍ਹ ਤਾਂ ਮਾਂ ਦੀ ਮੂੰਹ ਬੱਤੀਏ ਤੇਰਾ ਚਾਨਣ ਰਹਿੰਦਾ ਹੋਰਾਂ ਨੂੰ। ਕਹਿੰਦਾ ਮੇਰੀ ਇੰਨੀ ਗੱਲ ਇੱਕ ਯਾਦ ਰੱਖੀ, ਉਹ ਕੀਤਾ ਬਚਨ ਪਕਾ, ਕਹਿੰਦਾ ਮੈਂ ਤਾਂ ਤੇਰੀ ਯਾਦ 'ਚ ਹੀ ਸੁਦਾਈ ਹੋਇਆ ਰਹਿੰਦਾ, ਮੈਂ ਤੇਰੇ ਵਿਛੋੜੇ 'ਚ ਮਰ ਜੂੰ, ਕਿਤੇ ਨਾ ਹੋਵੇ 11:30 ਮੇਰੇ ਵੱਜੇ ਪਏ ਹੋਣ, ਪਲੀਜ਼ ਟਾਈਮ ਨਾਲ ਘਰੇ ਆ ਜਾ ਕਰ, ਹੈ ਨਾ। ਤੇ ਮੇਰੀ ਇੰਨੀ ਗੱਲ ਇੱਕ ਯਾਦ ਰੱਖੀ, ਉਹ ਕੀਤਾ ਬਚਨ ਪਕਾ ਦੇਵੀ, ਪਿੰਡ ਗਿੱਲ ਕਲਾਂ ਦੇ ਸਿਵਿਆਂ ਵਿੱਚ ਕਿਸੇ ਖੂੰਜੇ ਯਾਦ ਬਣਾ ਦੇਵੀ, ਉਹ ਯਾਦ ਵੇਖ ਕੋਈ ਅਕਲ ਆਊ। ਮਾਣੇ ਦੇ ਪਿੰਡ ਦੇ ਸ਼ੋਰਾਂ ਨੂੰ ਅੱਜ ਕੱਲ੍ਹ ਤਾਂ ਮਾਂ ਦੀਆਂ ਮੋਮਬੱਤੀਆਂ ਤੇ ਚੱਲਣ ਰਹਿੰਦਾ ਹੋਰਾਂ ਨੂੰ। ਬਿਲਕੁਲ ਬਾਈ ਜੀ, ਇੰਨੇ ਖੂਬਸੂਰਤ ਗੀਤ ਲਿਖੇ ਗਏ ਜੀ, ਅਚਾਨਕ ਕੀ ਫੁਰਨਾ ਫੁਰਿਆ ਤੇਰੀ ਖੁੱਲੀ ਜੀ ਸਲਵਾਰ ਤੇ ਕੁੜਤੀ ਤੰਗ ਕੁੜੇ। ਉਹ ਮੇਰੇ ਇੱਕ ਬਹੁਤ ਵਧੀਆ ਗਾਇਕਾ ਸੀਗੀ ਜੀ, ਉਹਨਾਂ ਸਮਿਆਂ ਦੇ ਵਿੱਚ ਨਾ ਫੈਸ਼ਨ ਬਦਲਦਾ ਰਹਿੰਦਾ ਜੀ। ਉਹ ਲੜਕੀ ਰੇਲਵੇ ਸਟੇਸ਼ਨ ਤੋਂ ਉਤਰੀ ਸੀ, ਸਾਡੇ ਉੱਥੇ ਬੋਦੀ ਵਾਲਾ ਜਲੇਬੀਆਂ ਵਾਲਾ ਹੈ, ਉਹ ਜਲੇਬੀਆਂ ਵਾਲੇ ਕੋਲ ਮੈਂ ਜਲੇਬੀਆਂ ਲੈਣ ਆਇਆ ਸੀ। ਮੈਡਮ ਕਹਿੰਦੇ ਜਲੇਬੀਆਂ ਲੈ ਕੇ ਆ, ਜਲੇਬੀਆਂ ਖਾਈਏ। ਉਹ ਸਟੇਸ਼ਨ ਦੀ ਬਿਲਕੁਲ ਕੰਧ ਦੇ ਨਾਲ ਉਹਦੀ ਉਹ ਹੈ, ਉਹ ਗੁੜੀਆ ਸੀ ਜਿਹੜੀ ਜਿਹਦੇ 'ਤੇ ਮੈਂ ਗਾਣਾ ਲਿਖਿਆ, ਉਹਨੇ ਉਹਨੂੰ ਚੂੜੀਆਂ ਜਿਹੀਆਂ ਛਣਕਾਤੀਆਂ ਉਹਨੇ ਮੇਰੇ ਮਗਰ ਆ ਕੇ। ਜਦੋਂ ਮੈਂ ਉਹਦੇ ਨੇ ਚਾਖਿਆ, ਮੈਂ ਕਿਹਾ ਤੁਸੀਂ, ਕਹਿੰਦੀ ਹਾਂ, ਕਹਿੰਦੀ ਜਲੇਬੀਆਂ, ਮੈਂ ਕਿਹਾ ਹਾਂ, ਕਹਿੰਦੀ ਸਾਨੂੰ ਛੱਡ ਕੇ ਆਓ। ਮੈਂ ਕਿਹਾ ਛੱਡਿਆਉਣਾ। ਹੁਣ ਉਹ ਲੜਕੀ ਸੀਗੀ, ਮੈਂ ਜਲੇਬੀਆਂ ਲਿਫਾਫੇ 'ਚ ਲੈ ਕੇ ਉਹਦੇ ਬਾਰ ਮੁਰਦੀ ਹੋ ਕੇ ਉਹਨੂੰ ਛੱਡ ਕੇ ਤਾਰ ਕੇ ਉਤਰਿਆ ਵਾਂ। ਜਲੇਬੀਆਂ ਬਹੁਤੀਆਂ ਮਹਿੰਗੀਆਂ ਨਹੀਂ ਸੀਗੀਆਂ, ਵੱਧ ਤੋਂ ਵੱਧ 20 ਰੁਪਏ ਦੀਆਂ ਹੋਣੀਆਂ, ਉਨੀ ਦਿਨੀ 1000 ਰੇਟ ਹੀ ਸੀ ਜਲੇਬੀਆਂ ਦਾ, 40 ਰੁਪਏ ਕਿਲੋ, 50 ਰੁਪਏ ਕਿਲੋ ਸੀ। ਅਤੇ ਉਹਨੇ ਬੰਗਾਂ ਛਣਕਾਤੀਆਂ, ਤਾਂ ਸੈਰ ਬੰਦੇ ਨੂੰ, ਰਾਈਟਰ ਬੰਦੇ ਨੂੰ ਇਸ ਤਰ੍ਹਾਂ ਦੀ ਗੱਲ ਬਹੁਤ ਔੜਦੀ ਹੈ। ਉਹਦੀ ਨਹੀਂ ਜੀ, ਘੁੰਮ ਜਾਂਦੀ ਹੈ, ਘੁੰਮ ਜਾਂਦੇ ਤਾਂ ਦੁੱਧ ਰੜਕਿਆ ਜਾਂਦਾ, ਦੁੱਧ ਰੜਕੇ ਮੱਖਣ, ਦਹੀਂ ਨੂੰ ਰੜਕੇ ਤਾਂ ਮੱਖਣ ਤਾਂ ਆਊਗਾ ਜੀ। ਮੈਂ ਝਾਕ ਕੇ, ਸੁਨੱਖੀ ਵਾਲੀ ਸੀਗੀ ਉਹ, ਮੈਂ ਕਹਿੰਦੀ ਤੂੰ ਤੱਤੀ ਜਲੇਬੀ ਵਰਗੀ ਦਿਲ 'ਤੇ ਬਣ ਕੇ ਨਾਗਣੀ ਲੜਗੀ, ਮੰਤਰ ਮਾਰਿਆ ਜਾਦੂ ਕਰ ਗਈ, ਛਣਕੀ ਵੰਗ ਕੁੜੇ ਤੇਰੀ ਖੁੱਲੀ ਜੀ ਸਲਵਾਰ ਤੇ ਕੁੜਤੀ। ਉਹ ਤਾਂ ਬੰਦ ਚੱਕ ਵਾਲੇ ਨਾ ਕਮੀਜ਼ ਪਾਉਂਦੀਆਂ ਹੁੰਦੀਆਂ ਸੀ ਲੜਕੀਆਂ, ਅਤੇ ਸਲਵਾਰਾਂ ਪਾਉਂਦੀਆਂ ਸੀ ਪਟਿਆਲੇ ਸਾਹਿਬ, ਸੋਹਣੀਆਂ ਲੱਗਦੀਆਂ ਸੀ, ਭਰੀਆਂ ਲੱਗਦੀਆਂ ਸੀ, ਤੁਰੀਆਂ ਆਉਂਦੀਆਂ, ਖੂਬਸੂਰਤ ਕੁੜੀਆਂ ਤਾਂ ਹੋਰ ਵੀ ਸੋਹਣੀਆਂ ਲੱਗਦੀਆਂ ਹੁੰਦੀਆਂ ਸੀ। ਅਤੇ ਉਹ ਫਿਰ ਮੈਂ ਲਿਖਦਾ ਤੇ ਖੁੱਲੀ ਜੀ ਸਲਵਾਰ ਤੇ ਕੁੜਤੀ ਤੰਗ ਕੁੜੇ, ਉਹ ਗਾਣਾ ਫਿਰ ਮੈਨੂੰ ਸੰਗ ਜੀ ਲੱਗੀ, ਕਿਉਂਕਿ ਮੈਨੂੰ ਲੱਗੀ ਜਦੋਂ ਮੈਂ ਸੁਣਿਆ। ਹਾਂ, ਉਹ ਫਿਰ ਮੈਂ ਉਹਦੇ 'ਚ ਨਾ ਹੀ ਨਹੀਂ ਪਾਇਆ ਆਪਦਾ, ਮੈਂ ਕਿਹਾ ਮਾਣਿਆ ਤੇਰੇ 'ਤੇ ਡੰਡੋ ਡੰਡੀ ਲੋਕ ਹੋਣਗੇ, ਤੂੰ ਨਾ ਹੀ ਨਾ ਪਾ। ਉਹ 3 ਅੰਤਰਿਆਂ ਦਾ ਹੀ ਗੀਤ ਹੈ ਜੀ, ਆਨੰਦ ਕੰਪਨੀ ਵੱਲੋਂ ਰਿਲੀਜ਼ ਕੀਤੇ ਗਏ। ਉਹਦੇ 'ਚ ਇੱਕ ਹੋਰ ਸੀ, ਵਿਆਹ ਕਰਵਾ ਕੇ ਤੁਰ ਗਈ ਇੰਗਲੈਂਡ, ਤੇਰੇ ਪਿੱਛੋਂ ਵਿਆਹ ਦਾ ਸਾਡੇ ਵੱਜ ਗਿਆ ਬੈਂਡ, ਤੂੰ ਤਾਂ ਸੋਚਦੀ ਹੋਵੇਂਗੀ ਉਹਦੇ ਤਿੱਖੀ ਨਹੀਂ, ਇੱਥੇ ਮੈਂ ਸੁਭਾਅ ਹੋ ਗਿਆ, ਧੋਖੇ ਵੱਜਣੇ, ਝੂਠਾਂ ਦੀ ਖੱਟੀ ਖਾਣੀ ਹੈ, ਸਾਡਾ ਵੀ ਵਿਆਹ ਹੋ ਗਿਆ। ਅਤੇ ਉਹ ਇੱਕ ਹੋਰ ਸੀ ਉਹਦੇ 'ਚ ਗਾਣਾ ਜੀ, ਆਨੰਦ ਕੰਪਨੀ ਵੱਲੋਂ ਕੀਤਾ ਗਿਆ ਸੀ ਬਲਕਾਰ ਸਿੱਧੂ ਸਾਹਿਬ ਦੀ ਆਵਾਜ਼ ਦੇ ਵਿੱਚ, ਮੇਰੀ ਝਾਂਜਰ ਗਵਾ ਉਸ ਗੱਲ ਦੀ, ਜਿੰਦ ਪਲ ਨਹੀਂ ਵਿਛੋੜਾ ਤੇਰਾ ਝੱਲਦੀ, ਜਿੰਦ ਪਲ ਨਹੀਂ ਵਿਛੋੜਾ ਤੇਰਾ ਝੱਲਦੀ, ਵੇ ਕੌਣ ਦੇਵੇ ਹੱਲਾ ਸ਼ੇਰੀਆਂ, ਮਾਮਾ ਸੋਹਣਿਆ ਜਿੱਦਿਨ ਦਾ ਗਲ ਪਾ ਗਿਆ, ਵੇ ਉਦਿਨ ਦੀ ਗੁਲਾਮ ਤੇਰੀ ਹੈ। ਐਕਚੁਲੀ ਮੇਰੀ ਗੁਆਂਢਣ ਸੀਗੀ ਜੀ, ਉਹਦਾ ਪਤੀ ਸੀ ਜਿਹੜਾ ਦੁਬਈ 'ਚ ਰਹਿੰਦਾ। ਮਤਲਬ ਤੁਸੀਂ ਬੀਬੀਆਂ ਵੱਲ ਸ਼ੁਰੂ ਤੋਂ ਵੱਧ ਵੇਂਦੇ ਸੀ? ਬੀਬੀਆਂ 'ਚ ਵੇਖਣਾ ਨਹੀਂ ਜੀ, ਬੀਬੀਆਂ ਹੀ ਸੰਸਾਰ ਦਾ ਧੁਰ ਹੈ, ਜੇ ਬੀਬੀਆਂ ਨੂੰ ਮਿਹਨਤ ਕਰਦੀ ਤੇ ਕੁਛ ਵੀ ਨਹੀਂ ਜੀ। ਪਰ ਮਾੜੀ ਜੀ ਵੰਗ ਛਣਕ ਆ ਗਈ, ਆਪਾਂ ਖੁੱਲੀ ਜੀ ਸਲਵਾਰ ਤੇ ਆ ਗਏ। ਤੁਸੀਂ ਕਰੈਕਟਰ ਦਾ ਕੰਮ ਹੀ ਇਹ ਹੈ ਜੀ, ਮੈਂ ਸ਼ਾਇਰ ਬੰਦਾ ਜੀ, ਮੈਂ ਤਾਂ ਉਸਤਤੀ ਕਰਨੀ ਹੈ ਜੀ, ਮੈਂ ਕਦੇ ਕਿਸੇ ਨੂੰ ਗਾਲੀ ਗਲੋਚ ਨਹੀਂ ਕਰਦਾ ਗੀਤਾਂ 'ਚ। ਜੇ ਮੈਂ ਉਹਦਾ ਗੁਆਂਢਣ ਵਾਲਾ ਕੀ ਮਸਲਾ ਸੀਗਾ ਜਿਹੜਾ ਵੀ ਭਾਈ ਬਾਹਾਂ ਗਲ 'ਚ ਪਾ ਗਿਆ? ਉਹ ਰੋਂਦੀ ਸੀਗੀ ਸਾਡੇ ਘਰੇ ਆ ਕੇ ਵੀ ਤੁਸੀਂ ਬਾਈ ਵੀਰ ਜੀ, ਤੁਸੀਂ ਉਹਨਾਂ ਨੂੰ ਕਹੋ ਵੀ ਹੁਣ ਬੱਚੇ ਵੱਡੇ ਹੋ ਗਏ, ਲੜਦੇ ਆ, ਉਹਨਾਂ ਦੇ 2 ਬੇਟੀਆਂ ਸੀ, ਇੱਕ ਬੇਟਾ ਸੀ, ਅਤੇ ਮੈਂ ਉਹਨੂੰ ਬੁਲਾਉਂਦਾ ਸੀ। ਐਕਚੁਲੀ ਗਾਣੇ 'ਚ ਮੈਂ ਉਹਨੂੰ ਗਾਣਾ ਭੇਜਿਆ, ਲੋਕਾਂ 'ਚ ਆਉਣ ਤੋਂ ਪਹਿਲਾਂ ਹੀ ਭੇਜਦਾ ਸੀ। ਪ੍ਰੀਤਮ ਸਿੰਘ ਹੈ ਮੇਰਾ ਮਿੱਤਰ, ਹੈ ਮੇਰਾ ਭਰਾ ਹੀ ਆ, ਉਹ ਮੇਰੇ ਨਾਲ ਹੀ ਰਹਿੰਦਾ, ਬਿਲਕੁਲ ਕੰਧ ਸਾਨਾ ਵਿੱਚ ਦੀ ਗੇਟ ਕੱਢਿਆ ਹੋਇਆ ਸੀ ਤਾਂ ਕਿ ਕੋਈ ਬੱਚੇ ਝਗੜਾ ਲੜਾਈ ਕਰਦੇ ਆ ਤਾਂ ਅਸੀਂ ਜਾ ਕੇ ਉਹਨਾਂ ਨੂੰ ਛੁਡਾ ਸਕੀਏ। ਨੀਂਦ ਹਰਾਮ ਹੋਈ ਰਹਿਣੀ ਸੀ, ਮੈਂ ਵੰਗਾਂ ਚਣਕਾਈਆਂ ਤੇ ਉਹਦਾ ਗੀਤ ਨਹੀਂ ਬਣਾ ਸਕਿਆ ਮੈਂ। ਤੇ ਬਲਕਾਰ ਸਿੱਧੂ ਨੇ ਹੋਰ ਕਿਹੜੇ ਕਿਹੜੇ ਗੀਤ ਗਾਏ ਤੁਹਾਡੇ? ਬਲਕਾਰ ਸਿੱਧੂ ਨੇ ਮੇਰੇ 10 ਕੈਸਟਾਂ, 10 ਸਾਲ ਮੇਰੇ ਗੀਤ ਗਾਏ ਜੀ, 12-13 ਕੈਸਟਾਂ 'ਚ ਗਾਣੇ ਗਾਏ, ਬਹੁਤ ਸੋਹਣੇ ਸੋਹਣੇ ਗਾਏ ਆ। ਆਪਾਂ ਇਕੱਲੇ ਇਕੱਲੇ ਹੋਈਏ ਜਿਹਨਾਂ ਦਾ ਬਲਕਾਰ ਸਿੱਧੂ ਸਾਹਿਬ ਵੀ ਜ਼ਿਕਰ ਕਰਕੇ ਗਏ ਸੀ, ਉਹ ਕੋਈ ਗਾਣਾ ਮਾੜਾ ਨਹੀਂ ਗਾ। ਉਹ ਮੈਂ ਆਖਿਆ ਬਲਕਾਰ ਸਿੱਧੂ ਸਾਹਿਬ ਨੇ ਉਹ ਲਾਈਨਾਂ ਲਿਆ ਕੇ ਦਿੱਤੀਆਂ ਸੀ ਮੈਨੂੰ, ਆਪਾਂ ਇਕੱਲੇ ਇਕੱਲੇ ਹੋਈਏ, ਘਰੋਂ ਵੀ ਦੁਬੱਲੇ ਹੋਈਏ। ਉਹ ਮੈਂ ਆਖਿਆ ਨਿਆਣਾ ਤੂੰ ਤਾਂ ਬਲਕਾਰ, ਮੈਂ ਤਾਂ ਇੱਥੋਂ 15 ਸਾਲ ਵੱਡਾ, ਇਹੋ ਜਿਹੀ ਨਿਆਣੀ ਗੱਲ ਨਹੀਂ ਆਪਾਂ ਕਰਨੀ। ਕਹਿੰਦਾ ਕਰ, ਤਾਂ ਹੀ ਤਾਂ ਮੈਂ ਤੁਹਾਡੇ ਕੋਲ ਲੈ ਕੇ ਆਇਆ। ਫਿਰ ਮੈਂ ਉਹਨੂੰ ਵਧੀਆ ਬਣਾਉਣ ਦਾ ਕੋਸ਼ਿਸ਼ ਕੀਤਾ, ਅੰਤਰੇ ਉਹਦੇ ਮੈਂ ਲਿਖੇ, ਉਤਲੀਆਂ ਉਤਲੀ ਸਤਾਈ ਉਹਨੇ ਬੋਲ ਕੇ ਮੈਨੂੰ ਲਿਖਤੀ। ਫਿਰ ਮੈਂ ਠੰਡੀਆਂ ਹਵਾਵਾਂ ਹੁਣ ਤੂਤਾਂ ਵਾਲਾ ਖੂਹ ਵੇ ਪੱਤਾ ਲੈ ਕੇ ਆਵੇਂ, ਮੇਰੇ ਬਾਪੂ ਜੀ ਦੀ ਨੂੰਹ ਹੋਵੇ, ਬਾਬੇ ਖੀਆਂ ਟਾਹਲੀਆਂ ਤੋਂ ਘੁੱਗੀਆਂ ਦੀ ਘੂ ਹੋਵੇ, ਜਦੋਂ ਕਿ ਸੁਹਾਣੀ ਰੋਟੀ ਪਾ ਰਹੀ ਹੈ, ਮੁਹੱਬਤ ਕਰ ਰਹੀਆਂ, ਘੂ ਘੂ ਕਰਦੇ ਆ, ਵੀ ਇਹ ਵੀ ਮੁਹੱਬਤਾਂ ਕਰਦੇ ਆ, ਅਸੀਂ ਵੀ ਕਰਦੇ ਹਾਂ, ਉਹਦੀ ਇੰਨੀ ਕੁ ਗੱਲ ਸੀ।
ਫਿਰ ਉਹ ਸਿਆਲ ਦੀਆਂ ਰਾਤਾਂ ਆਈਆਂ ਹਨੇਰਿਆਂ ਤੋਂ ਡਰੀ ਜਾਵੇ। ਜਿਹੜੀ ਔਰਤ ਇਕੱਲੀ ਰਹਿੰਦੀ ਹੈ ਬੱਚਿਆਂ ਦੇ ਨਾਲ, ਰਾਤ ਨੂੰ ਹਨੇਰੇ 'ਚ ਨਿਕਲਣਾ ਉਹਨੂੰ ਬਹੁਤ ਮੁਸ਼ਕਲ ਹੁੰਦਾ। ਉਹ ਕੋਈ ਇਹ ਨਹੀਂ ਹੁੰਦਾ ਕਿ ਸਿਆਲ ਦੀਆਂ ਰਾਤਾਂ 'ਚ ਉਹਨੂੰ ਕੋਈ ਡਾਕੂ ਖੜੇ ਆ ਕੰਧਾਂ ਦੇ ਉੱਤੇ ਆਲੇ ਦੁਆਲੇ। ਉਹ ਤੋਂ ਬਿੱਲੀ ਤੋਂ ਵੀ ਡਰਦੀਆਂ ਹੁੰਦੀਆਂ, ਤਾਂ ਕਾਕਰੋਚ ਤੋਂ ਡਰ ਜਾਂਦੀਆਂ ਜੀ, ਕਿਰਲੀ ਤੋਂ ਡਰ ਜਾਂਦੀਆਂ। ਮੈਂ ਖੁਦ ਡਰਦੀਆਂ ਦੇਖੀਆਂ, ਕਿਰਲੀ ਆ ਜਾਏ ਜੀ ਇੱਦਾਂ ਲੱਗਦਾ ਹੁੰਦਾ ਵੀ ਜਿਵੇਂ ਕਿਤੇ ਬਾਹਰਲੀ ਫੌਜ ਨੇ ਹਮਲਾ ਕਰਤਾ। ਹਾਂਜੀ ਹਾਂਜੀ ਹਾਂਜੀ। ਫਿਰ ਉਹ ਸਿਆਲ ਦੀਆਂ ਰਾਤਾਂ ਆਈਆਂ, ਹਨੇਰਿਆਂ ਤੋਂ ਡਰੀ ਜਾਵੇ, ਸਿੱਧੂ ਬਲਕਾਰ ਵਾਂਗੂ ਮਾਣਾ ਮਾਣਾ ਕਰੀ ਜਾਵੇ, ਗਿੱਲ ਕਰਾਂ ਕਿ ਤੂੰ ਵੀ ਨਾ ਪਤਾ ਨਹੀਂ ਕੀ ਚੂ ਹੋਵੇ, ਜੁਲਫਾਂ 'ਚ ਮੈਂ ਹੋਵਾਂ, ਬਾਹਾਂ ਵਿੱਚ ਤੂੰ ਹੋਵੇ। ਉਹ ਗਾਣੇ ਦਾ ਮੈਂ ਮੋੜ ਐਂ ਕਰਕੇ ਲਿਆਂਦਾ, ਖੰਭ ਘੱਟ ਸੁੱਟ ਗਿਆ ਸ਼ਿਕਾਰੀਆ ਵੀ ਮੈਂ ਜ਼ਖਮੀ ਪਰਿੰਦੇ ਵਾਂਗੂ ਦਿਨ ਕੱਟਦੀ। ਇੱਕ ਇਹ ਮੇਰਾ ਗਾਣਾ ਆਇਆ ਸੀ, ਕਿਉਂਕਿ ਉਹ ਚੇਤਨਤਾ ਮੇਰੇ ਕੀ ਮੌਕਾ ਮਿਲਣ ਕਰਕੇ ਉਹ ਹੋਈ ਹੈ। ਗਿੱਲ ਕਰਾਂ ਜਾ ਉਹ, ਹਾਂ ਖੰਭ ਘੱਟ ਸੁੱਟ ਗਿਆ ਸ਼ਿਕਾਰੀਆ ਵੀ ਮੈਂ ਜ਼ਖਮੀ ਪਰਿੰਦੇ ਵਾਂਗੂ ਦਿਨ ਕੱਟਦੀ। ਗਿੱਲ ਕਰਾਂ ਆ ਜਾ ਪਰਦੇਸੀ ਆ ਵੀ ਮਾਣਿਆ, ਅੰਜੂ ਨੇ ਡੀਕਾਂ 'ਚ ਬਥੇਰਾ ਘੱਟਾ ਸਾਣਿਆ। ਜਿਹੜੀ ਕੁੜੀ 'ਤੇ ਮੈਂ ਗਾਣਾ ਲਿਖਿਆ ਸੀ ਉਹਦਾ ਨਾਂ ਅੰਜੂ ਸੀ। ਮੈਂ ਕਿਹਾ ਬੀਬਾ ਤੁਹਾਡਾ ਨਾਂ ਕੀ ਹੈ? ਫਿਰ ਉੱਥੇ ਗੱਲ ਆ ਗਈ, ਉੱਥੇ ਫਿਰ ਆ ਗਈ ਜੀ। ਮੈਂ ਮੁਹੱਬਤ ਦੇ ਗਾਣੇ ਲਿਖਣ ਵਾਲਾ ਬੰਦਾ ਜੀ, ਮੈਂ ਪਿਆਰ ਦੇ ਗਾਣੇ, ਮੈਂ ਕਿਸੇ ਨੂੰ ਲੜਦਾ ਨਹੀਂ ਵੇਖ ਸਕਦਾ ਜੀ। ਲੜਦਿਆਂ ਦਾ ਮੈਂ ਸੁਲਾ ਕਰਾਉਣ, ਰਸਤੇ 'ਚ ਵੀ ਮੈਨੂੰ ਇੱਕ ਫੋਨ ਆਇਆ ਕਿ ਇਸ ਤਰ੍ਹਾਂ ਕਰਕੇ ਮੇਰਾ ਵਸੇਬਾ ਨਹੀਂ ਹੋ ਰਿਹਾ ਇੱਕ ਲੜਕੀ ਦਾ। ਮੈਂ ਕੋਈ ਨਹੀਂ ਬੇਟਾ, ਮੈਂ ਆਊਂਗਾ, ਤੇਰੇ ਪਤੀ ਨੂੰ ਮਿਲਾਂਗੇ। ਗੁੰਝਲਾਂ ਹੁੰਦੀਆਂ ਨਿੱਕੀਆਂ ਨਿੱਕੀਆਂ, ਜਿਹੜੇ ਸੈਕਿੰਡ ਲੋਕ ਹੁੰਦੇ ਆ ਨਾ, ਚਾਹੇ ਉਹ ਨਨਾਨਾ ਹੋਣ ਅਤੇ ਚਾਹੇ ਉਹ ਸਾਲੀਆਂ ਹੋਣ ਅਤੇ ਚਾਹੇ ਉਹ ਸਹੁਰੇ ਹੋਣ ਅਤੇ ਚਾਹੇ ਉੱਧਰਲੇ ਸਹੁਰੇ ਹੋਣ, ਉਹੀ ਲੜਾਉਂਦੇ ਹੁੰਦੇ ਐਕਚੁਅਲੀ ਦੋਨਾਂ ਨੂੰ, ਮੀਆਂ ਬੀਬੀ ਨੂੰ। ਉਹਨਾਂ ਦੇ ਨਿੱਕੀਆਂ ਨਿੱਕੀਆਂ ਗੁੰਝਲਾਂ ਹੁੰਦੀਆਂ, ਉਹਨਾਂ ਨੂੰ ਮੇਲ ਨਹੀਂ ਹੋਣ ਦਿੰਦੇ। ਮੈਂ ਉਹਨਾਂ ਦੀਆਂ ਗੁੰਝਲਾਂ ਕੱਢ ਕੇ ਉਹਨਾਂ ਦੇ ਮੇਲ ਕਰਾਉਣਾ। ਅੱਜ ਤੱਕ ਮੈਂ 37 ਲੜਕੀਆਂ ਦਾ ਵਸੇਬਾ ਕਰਾਇਆ, ਹਿਊਮਨ ਰਾਈਟਸ ਮੰਚ ਹੈ ਉੱਥੇ ਬਣਿਆ, ਮੈਂ ਉਹਦਾ ਚੇਅਰਮੈਨ ਰਿਹਾ ਜੀ। ਮੈਨੂੰ ਲੜਕੀਆਂ ਦੇ ਵਸੇਬਾ ਕਰਾ ਕੇ ਜਾਂ ਦੋ ਲੜੇ ਹੋਏ ਭਰਾਵਾਂ ਦੀ ਸੁਲਾਹ ਕਰਾ ਕੇ ਆਨੰਦ ਆਉਂਦਾ ਹੈ। ਮੈਂ ਸੋਸ਼ਲ ਆਦਮੀ ਹਾਂ। ਇੰਨੇ ਗਾਣੇ ਤੁਸੀਂ ਬੀਬੀਆਂ ਦੇ ਉੱਪਰ ਲਿਖ ਦਿੱਤੇ, ਮਤਲਬ ਤੁਸੀਂ ਜਿੰਨਿਆਂ ਦਾ ਜ਼ਿਕਰ ਕਰ ਦਿੱਤਾ, ਕਦੇ ਘਰ ਦੇ ਵਿੱਚ ਨਹੀਂ ਕੋਈ ਸਮੱਸਿਆ ਖੜੀ ਹੋਈ? ਆਉਂਦੀਆਂ ਜੀ ਜੀ, ਘਰਦੇ ਇਸ ਤਰ੍ਹਾਂ, ਉਹਨਾਂ ਨੂੰ ਪਤਾ ਹੈ ਕਿ ਉਹਦੇ 'ਚ ਮੇਰੇ ਗਾਣੇ ਦੇ 'ਚ ਮੈਸੇਜ ਹੁੰਦੇ ਆ ਹਮੇਸ਼ਾ ਜੀ। ਮੈਂ ਮੈਸੇਜ ਤੋਂ ਬਿਨਾਂ ਕੋਈ ਗਾਣਾ ਲਿਖਦਾ ਹੀ ਨਹੀਂ। ਮੈਂ ਡਰਾਈਵਰ ਸੀ ਉੱਥੇ ਜੀ, ਸਾਡੇ ਇੱਥੇ ਟੂਰਨਾਮੈਂਟ ਸੀ ਤੁਹਾਡੇ ਜਲੰਧਰ, ਅੱਜ ਮੈਂ ਜਲੰਧਰ ਹੀ ਆਇਆ ਹੋਇਆ ਸੋਰੀ। ਇੱਥੇ ਇੱਕ ਪਿੰਡ ਹੈ ਪੱਕਾ ਸ਼ਾਇਦ ਉਹਦਾ ਨਾਂ, ਉੱਥੇ ਮੈਂ ਉਸ ਅਫਸਰ ਨੂੰ ਛੱਡਣ ਆਇਆ, ਕਿਉਂਕਿ ਅਸੀਂ ਦੂਰਦਰਸ਼ਨ 'ਤੇ ਇੱਕ ਕੈਸਟ ਚਲਾਉਣੀ ਸੀ, ਸਾਡੇ ਟੂਰਨਾਮੈਂਟ ਹੋ ਕੇ ਹਟੇ ਸੀ ਬਿਜਲੀ ਬੋਰਡ ਦੇ। ਅਤੇ ਉੱਥੇ ਇੱਕ ਲੜਕੀ ਸੀਗੀ, ਕਾਫੀ ਏਜ ਦੀ ਸੀਗੀ, 37-38 ਸਾਲ ਦੀ ਸੀ ਉਹ। ਮੈਂ ਕਿਹਾ ਜੀ ਸਰ ਵੀ ਇਹ ਲੜਕੀ ਐਡੀ ਉਮਰ ਦੀ ਹੈ, ਮੈਰਿਜ ਨਹੀਂ ਹੋਈ? ਕਹਿੰਦਾ ਮੈਰਿਜ ਕੀ ਹੋਣੀ ਸੀ ਬੇਟਾ, ਇਹਦਾ ਤਾਂ ਇੱਕ ਦੁਖਾਂਤ ਹੈ। ਮੈਂ ਕਿਹਾ ਕੀ ਦੁਖਾਂਤ ਹੈ ਜੀ? ਕਹਿੰਦਾ ਵੀ ਇਹਦਾ ਭਰਾ ਭੇਜਿਆ ਸੀ ਇਹਨੇ ਬਾਹਰ, ਜ਼ਮੀਨ 'ਤੇ ਪੈਸੇ ਲੈ ਕੇ ਭੇਜੇ ਸੀ, ਅਤੇ ਉਹ ਲੜਕੇ ਨੇ ਉੱਧਰ ਕਿਸੇ ਗੋਰੀ ਨਾਲ ਵਿਆਹ ਕਰਾ ਲਿਆ, ਉਹ ਤੋਂ ਬਾਅਦ ਉਹ ਆਇਆ ਨਹੀਂ, ਇਹਨਾਂ ਦੀ ਜ਼ਮੀਨ ਕੁਰਕ ਹੋ ਗਈ ਅਤੇ ਸਾਰਾ ਕੁਛ, ਇਹਨਾਂ ਦਾ ਘਰ ਘੁਰ ਵੀ ਖੁੱਸ ਗਿਆ। ਇਹਦੀ ਤਾਂ ਹਾਲਤ ਹੈ, ਇਹਦਾ ਵਿਚਾਰੀ ਦਾ ਵਿਆਹ ਕਿਉਂ ਹੋਣਾ? ਮੈਂ ਕਿਹਾ ਜੀ ਬਹੁਤੇ ਘਰਾਂ 'ਚ ਜਿੰਦੇ ਲੱਗੇ ਹੋਏ ਆ। ਕਹਿੰਦੇ ਬਹੁਤੇ ਲੋਕ ਪਰਦੇਸ਼ ਰਹਿੰਦੇ। ਫਿਰ ਉਹ ਮੁੰਡੇ ਨੂੰ ਅੱਜ ਆਖਰੀ ਅੜੀਕਾਂ, ਤੇਰੀ ਭੈਣ ਨੂੰ ਜਿਹਨੂੰ ਛੱਡ ਗਿਆ ਲੋਕਾਂ ਤੋਂ ਦੁੱਖ ਸਹਿਣ ਨੂੰ, ਜਿਹਨੂੰ ਛੱਡ ਗਿਆ ਲੋਕਾਂ ਤੋਂ ਦੁੱਖ ਸਹਿਣ ਨੂੰ, ਬਨੇਰੇ ਬੋਲੇ ਕਾਂ ਵੀਰਵੇ, ਸਾਨੂੰ ਭੁੱਲ ਕੇ ਕੈਨੇਡਾ ਜਾ ਕੇ ਬਹਿ ਗਏ, ਰੋਈਏ ਮੈਂ ਤੇ ਮਾਂ ਵੀਰਵੇ। ਬਾਪੂ ਤੇਰੀਆਂ ਅੜੀਕਾਂ ਵਿੱਚ ਮੁੱਕ ਗਿਆ, ਤੂੰ ਗੋਰੀਆਂ ਨਾ ਫਿਰੇ ਖੇਡਦਾ, ਮਾਂ ਦੀ ਹਾਲਤ ਬੁਰੀ ਹੈ, ਗੇੜਾ ਮਾਰ ਲਾ ਜੇ ਘਰਾ ਕੋਈ ਜਿਉਂਦਾ ਹੋਈਦਾ। ਭੈਣਾਂ ਹੁੰਦੀਆਂ ਨੇ ਜਿਹਦੀਆਂ ਜਵਾਨ ਵੇ, ਕਿੱਦਾਂ ਨੀਂਦਰਾਂ ਵਿਦੇਸ਼ਾਂ ਵਿੱਚ ਆਣਵੇ, ਅੱਖਾਂ 'ਚੋਂ ਸੁੱਕ ਜਾਂਦੇ ਨੀਰ ਵੇ, ਸਾਨੂੰ ਭੁੱਲ ਕੇ ਕੈਨੇਡਾ ਜਾ ਕੇ ਬਹਿ ਗਿਆ, ਰੋਈਏ ਮੈਂ ਤੇ ਮਾਂ ਵੀਰਵੇ। ਜਿਹਨਾਂ ਭਰਪੁਰ ਨੋਟ ਤੇਰਾ ਤੋਰਿਆ ਸੀ ਉਹਨਾਂ ਦਾ ਸੁਭਾਅ ਤੂੰ ਜਾਣਦਾ, ਘਰ ਕੁਰਕੀ ਜ਼ਮੀਨ ਖੋਲੀ ਵੈਰੀਆਂ ਇਰਾਦਾ ਹੁਣ ਘਰ ਢਾਣ ਦਾ। ਜਿਹੜੇ ਮਾਪਿਆਂ ਦੇ ਨਲਾਇਕ ਹੁੰਦੇ ਪੁੱਤ ਵੇ, ਮਾਪੇ ਮੁੱਕਦੇ ਜਵਾਨੀਆਂ ਦੀ ਰੁੱਤ ਵੇ ਅਤੇ ਪਿੱਛੋਂ ਖੁਸਦੀ ਜਗੀਰ ਵੇ, ਸਾਨੂੰ ਭੁੱਲ ਕੇ ਕੈਨੇਡਾ ਜਾ ਕੇ ਬਹਿ ਗਏ, ਰੋਈਏ ਮੈਂ ਤੇ ਮਾਂ ਵੀਰ ਵੇ। ਚਾਚੇ ਤਾਏ ਵੀ ਦਿੰਦੇ ਨਹੀਂ ਧਰਵਾਸੇ ਵੀ ਮਾਰੇ ਪਏ ਨੇ ਤੇਰ ਮੇਰ ਦੇ, ਜਿਹੜੇ ਯਾਰ ਤੇਰੇ ਵੀਰ ਸੀ ਬਣਾਏ, ਕੱਲੀ ਨੂੰ ਰਾਹਾਂ ਵਿੱਚ ਘੇਰਦੇ, ਮੂੰਹ 'ਚੋਂ ਬੋਲਦੇ ਨੇ ਚੰਦਰੇ ਕਬੋਲ ਵੇ, ਕਿਤੇ ਇੱਜ਼ਤ ਨਾ ਦੇਣ ਵੀਰਾਂ ਰੋਲ ਵੇ, ਕਲੇਜੇ ਵਿੱਚ ਪਹਿਣ ਚੀਰ ਵੇ, ਸਾਨੂੰ ਭੁੱਲ ਕੇ ਕੈਨੇਡਾ ਜਾ ਕੇ ਬਹਿ ਗਏ, ਰੋਈਏ ਮੈਂ ਤੇ ਮਾਂ ਵੀਰ। ਮਾਂ ਨੂੰ ਤੇਰੇ ਪੈਂਦੇ ਰਹਿੰਦੇ ਆ ਭੁਲੇਖੇ ਵੀ ਸਾਰਾ ਦਿਨ ਫਿਰੇ ਟੋਲਦੀ, ਮਾਣੇ ਹੋਰਾਂ ਦੇ ਕਮੀਜ਼ ਖਿੱਚ ਖਿੱਚ ਕੇ ਰਹਿੰਦੀ, ਪੁੱਤ ਪੁੱਤ ਬੋਲਦੀ, ਸਾਡੇ ਪਿੰਡੇ ਉੱਤੇ ਲੀਰਾਂ ਵੀਰਾਂ ਪਾਰਟੀਆਂ, ਨਿੱਤ ਲੱਭ ਲੱਭ ਲਾਉਂਦੀਆਂ ਟਾਕੀਆਂ, ਨਾ ਤੁਹਾਨੂੰ ਤੇਰੇ ਨਹੀਂ ਲੀਰ ਵੇ, ਸਾਨੂੰ ਭੁੱਲ ਕੇ ਕੈਨੇਡਾ ਜਾ ਕੇ ਬਹਿ ਗਏ, ਰੋਈਏ ਮੈਂ ਤੇ ਮਾਂ ਵੀਰ। ਉਹ ਭੈਣ ਦਾ ਦਰਦ ਹੈ ਜੀ, ਇਸ ਤਰ੍ਹਾਂ ਦੇ ਗੀਤ ਮੈਂ ਲਿਖਦਾ ਰਹਿੰਦਾ। ਬਹੁਤ ਪੀੜ ਵਾਲਾ। ਹਾਂ, ਔਰਤਾਂ ਕੋਈ ਮਾੜੀ ਚੀਜ਼ ਨਹੀਂ, ਔਰਤ ਬਿਨਾਂ ਘਰ ਘਰ 'ਚ ਹੋਵੇ ਨਾ ਜੀ ਨਹੀਂ ਲੱਗਦਾ ਕਿਸੇ ਦਾ, ਔਰਤ ਜੇਲ੍ਹ ਲੱਗਦਾ ਇੱਕ ਤਰ੍ਹਾਂ ਦਾ, ਬੰਦਾ ਦੋ ਮਿੰਟ ਨਹੀਂ ਖੜ੍ਹਦਾ ਤਾਂ ਵਾਲਿਆਂ ਕੋਲ ਵਗ ਜੂਗਾ, ਬਾਜ਼ਾਰ 'ਚ ਵਗ ਜੂਗਾ, ਯਾਰਾਂ ਦੋਸਤ, ਔਰਤ ਪੇਕੀ ਗਈ ਹੋਵੇ, ਹੈ ਨਾ ਕੋਈ ਵੀ। ਇਸ ਕਰਕੇ ਔਰਤਾਂ ਨੂੰ
रुतबा देना चाहिए संसार का सब तो बड़ा जो जी है प्राणी है वो औरत है सैकंड मर्द है ਮੈਨੂੰ ਨਹੀਂ ਲੱਗਦਾ ਮੈਂ ਔਰਤਾਂ ਦੀ ਸਿਫਤ ਕਰਕੇ ਕੋਈ ਮਾੜੀ ਗੱਲ ਕਰ ਰਿਹਾ ਨਹੀਂ ਮੈਂ ਤਾਂ ਵੈਸੇ ਹਾਸੇ ਵਾਲੀ ਗੱਲ ਕਰਦਾ ਸੀਗਾ ਵੀ ਦੇਖੋ ਇੱਕ ਨੇ ਵੰਗਾਂ ਛਣਕਾਈਆਂ ਆਪਾਂ ਗਾਣਾ ਲਿਖਤਾ ਇੱਕ ਨੇ ਗਲ 'ਚ ਬਾਹਾਂ ਪਾਈਆਂ ਗਾਣਾ ਲਿਖਤਾ ਇੱਕ ਕੋਈ ਹੋਰ ਸੀ ਮੈਂ ਕਿਹਾ ਵੀ ਕੀ ਪਤਾ ਉਦੋਂ ਇਹ ਹੁੰਦਾ ਹੋਵੇ ਬੰਦਾ ਕਹਿੰਦਾ ਹੋਵੇ ਤੂੰ ਮਗਰ ਮਗਰ ਰਹੀ ਜੇ ਕਿਤੇ ਮਾਣਾ ਸਾਹਿਬ ਮੱਥੇ ਲਾ ਕੇ ਤੇਰੇ 'ਤੇ ਵੀ ਗਾਣਾ ਲਿਖ ਲੈਣਗੇ ਮੂਹਰੇ ਕਰਦੇ ਜੀ ਮੇਰੇ ਮੂਹਰੇ ਕਰ ਦਿੰਦੇ ਆ ਕਹਿੰਦੀ ਮੇਰੀ ਇੱਕ ਲੜਕੀ ਹੈਗੀ ਸਪਨਪ੍ਰੀਤ ਸਪਨਾ ਸੀ ਉਹਦਾ ਨਾਂ ਮੈਂ ਸਪਨਾ ਬਰਾੜ ਉਹਦਾ ਨਾਂ ਰੱਖਿਆ ਉਹਦੀ ਮੈਂ ਇੱਕ ਕੈਸੇਟ ਕਰਾਈ ਉੱਥੇ ਮਾਣਕ ਸਾਹਿਬ ਆਏ ਹੋਏ ਸੀ ਉਹਨੇ ਗਾਣਾ ਮੈਂ ਕੁਲਦੀਪ ਮਾਣਕ ਸਾਹਿਬ ਆਏ ਹੋਏ ਸੀ ਪੰਜ ਦਰਿਆ ਕੋਈ ਕਲੱਬ ਸੀਗਾ ਭਾਈ ਰੂਪਾ ਦਾ ਉਹ ਉੱਥੇ ਉਹਨੂੰ ਮੈਂ ਲੈ ਕੇ ਗਿਆ ਸੀ ਗਾਉਣ ਵਾਸਤੇ ਉਹ ਕਹਿੰਦੀ ਸੁਣੋ ਨਹੀਂ ਸੁਣਾ ਮੈਂ ਇੱਕ ਹਾਸੇ ਵਾਲੀ ਗੱਲ ਕੱਪੜੇ ਦੀ ਹੱਟੀ ਵਾਲਾ ਜਿਹੜਾ ਵੀਰਾ ਮੱਲ ਹੱਟੀ 'ਤੇ ਗਈ ਦਾ ਮੇਰਾ ਹੋ ਗਿਆ ਦੀਵਾਨਾ ਬਿੰਦੇ ਝੱਟੇ ਨਹੀਂ ਗਲੀ 'ਚ ਗੇੜੇ ਮਾਰਦਾ ਬਾਣੀਏ ਦਾ ਜੱਟੀ ਨਾਲ ਪਿਆਰ ਹੋ ਗਿਆ ਨਹੀਂ ਕਹਿੰਦਾ ਇੰਦਰ ਬਣੂ ਮੈਂ ਬੇਗੁਨਾਰ ਦਾ ਕਹਿੰਦੀ ਉਹ ਸਦਾਈ ਮੇਰੇ ਮਗਰੋਂ ਫਿਰਦਾ ਤੂੰ ਇੰਦਰ ਬੇਗੁਨਾਰ ਦਾ ਕਿੱਸਾ ਪੜਿਆ ਫਿਰਦਾੜੀ ਜੋ ਮੇਰਾ ਖੇੜਾ ਛਡਾਓ ਤੋ ਇਸ ਕਰਕੇ ਹੁੰਦੇ ਆ ਜੀ ਇਹ ਬਹੁਤ ਖੂਬ ਕਿਹਾ ਗੱਲਬਾਤ ਆ ਇਹ ਬਹੁਤ ਸੋਹਣਾ ਅੰਦਾਜ਼ ਥੋੜ੍ਹਾ ਚੇਤਾ ਇਵੇਂ ਜਵਾਨ ਰਵੇ ਮੈਂ ਬਿਲਕੁਲ ਜਵਾਨ ਹਾਂ ਚੇਤਾ ਜਿਹੜਾ ਉਹ ਬਰਕਰਾਰ ਰਵੇ ਖੁਦ ਵੀ ਜਵਾਨ ਹੈ ਜੀ ਹਾਂ ਇਹ ਵੀ ਗੱਲ ਸੱਚੀ ਆ ਆਪਾਂ ਨਿੱਕਾ ਜਿਹਾ ਵਕਫਾ ਲੈ ਲਈਏ ਜਵਾਨੀ ਦੇ ਜਲਵੇ ਫਿਰ ਹੋਰ ਪੁੱਛਦੇ ਆ ਥੈਂਕ ਯੂ ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਚਾਹੀਦਾ ਵਿਚਾਰ ਪ੍ਰੋਗਰਾਮ ਵੇਖ ਰਹੇ ਤੁਸੀਂ ਮੈਂ ਹਰਮਨ ਥਿੰਦ ਮੇਰੇ ਨਾਲ ਸਵਰਨ ਸਿੰਘ ਟਾਣਾ ਤੇ ਸਾਡੇ ਦੋਵਾਂ ਨਾਲ ਮੌਜੂਦ ਨੇ ਕਿਰਪਾਲ ਮਾਣਾ ਜੀ ਸੋ ਹੁਣ ਗੱਲਾਂ ਬਾਤਾਂ ਅੱਗੇ ਤੋਰੀਏ ਬਾਈ ਜੀ ਫਿਰ ਹੋਰ ਗਾਇਕਾਂ ਦੀ ਵੀ ਗੱਲ ਕਰਦੇ ਆ ਜਿਨ੍ਹਾਂ ਨੇ ਤੁਹਾਡੇ ਗੀਤ ਗਾਏ ਆ ਉਹ ਰਿੰਪੀ ਕੁੜੀ ਨੇ ਵੀ ਗਾਏ ਆ ਰਿੰਪੀ ਗਰੇਵਾਲ ਰਿੰਪੀ ਗਰੇਵਾਲ ਉਹਦਾ ਨਾਮ ਅਮਨ ਨੂਰੀ ਸੀ ਬੇਸਿਕਲੀ ਅਮਰ ਨੂਰੀ ਅਮਨ ਨੂਰੀ ਅਮਨ ਨੂਰੀ ਹਾਂ ਮੈਂ ਕਿਹਾ ਤੂੰ ਸਰਦੂਲ ਸਿਕੰਦਰ ਦੀ ਵਾਈਫ ਜੀ ਲੱਗਦੀ ਐ ਇਦਾਂ ਅਮਨ ਨੂਰੀ ਨਾਲ ਤੇਰਾ ਨਾਂ ਚੇਂਜ ਕਰਦੇ ਆ ਹਾਂ ਕਹਿੰਦੇ ਭਾਜੀ ਜਿਵੇਂ ਮਰਜ਼ੀ ਕਰ ਲਓ ਫਿਰ ਉਹਦਾ ਨਾਮ ਰਿੰਪੀ ਗਰੇਵਾਲ ਰੱਖਿਆ ਅੱਛਾ ਤੇ ਫਿਰ ਡਮਰੂ ਭਮੀਰੀਆਂ ਫੜਾਤੀਆਂ ਬਿਲਕੁਲ ਮੈਂ ਮੇਰੇ ਪਿੰਡ ਨੂੰ ਜਾ ਰਿਹਾ ਸੀਗਾ ਜੀ ਮੇਰਾ ਬੇਟਾ ਜਿਹੜਾ ਅੱਜ ਕੱਲ੍ਹ ਮੈਨੇਜਰ ਹੈ ਰੈਨੋਲਟ ਕੰਪਨੀ ਦੇ ਵਿੱਚ ਉਹ ਮੇਰੇ ਬੁਲਟ ਮੋਟਰਸਾਈਕਲ ਦੀ ਟੈਂਕੀ ਨੂੰ ਹੱਥ ਪਾਈ ਬੈਠਾ ਸੀ ਮੁਹੱਬਤ ਲਹਿਰਾ ਪਿੰਡ ਆਇਆ ਜੀ ਜਿੱਥੇ ਥਰਮਲ ਪਲਾਂਟ ਲੱਗਿਆ ਹੋਇਆ ਇੱਕ ਗੁਰੂ ਹਰਗੋਬਿੰਦ ਸਾਹਿਬ ਦੇ ਨਾਮ 'ਤੇ ਉੱਥੋਂ ਉਹ ਲੜਕੀ ਬੱਸ 'ਚੋਂ ਉਤਰੀ ਬੱਸ 'ਚੋਂ ਜਦੋਂ ਉਤਰੀ ਤੇ ਉਹ ਰੋਂਗ ਸਾਈਡ 'ਤੇ ਜਾਣਾ ਸੀ ਉਹਨੇ ਮੁਹੱਬਤ ਲਹਿਰਾ ਦੂਸਰੀ ਸਾਈਡ 'ਤੇ ਸੀ ਬਠਿੰਡੇ ਤੋਂ ਆਈ ਸੀ ਤੇ ਉਹਦੇ 'ਤੇ ਮੇਰਾ ਮੋਟਰਸਾਈਕਲ ਚੜ੍ਹ ਜਾਣਾ ਸੀ ਅੱਛਾ ਉਹਨੇ ਆਪਣੀ ਭਾਸ਼ਾ 'ਚ ਕਿਹਾ ਉਹ ਕਰਕੇ ਜੇ ਕੁਛ ਜਦੋਂ ਕੀਤਾ ਉਹਨੇ ਤੇ ਮੈਂ ਕਿਹਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਕਿ ਮੈਂ ਗਾਹਾਂ ਲੰਘ ਗਿਆ ਉਹਦੀਆਂ ਭਮੀਰੀਆਂ ਜੀਆਂ ਉੱਡ ਗਈਆਂ ਅੱਛਾ ਟੋਕਰੀ ਰੇਡੀ ਹੋ ਗਈ ਤੇ ਮੈਂ ਕਿਹਾ ਬੜਾ ਹੁਣ ਮੈਨੂੰ ਤਾਂ ਮੁਖੜਾ ਮਿਲ ਗਿਆ ਗੀਤ ਦਾ ਜੀ ਉਹ ਮੈਂ ਅੱਗੇ ਜਾ ਕੇ ਮੋਟਰਸਾਈਕਲ ਰੋਕ ਲਿਆ ਪੈਨ ਕੱਢਿਆ ਜੇਬ 'ਚੋਂ ਜੀ ਪੱਕੇ ਪੱਕੇ ਮਿੱਟੀ ਦੇ ਖਿਡੌਣੇ ਲੈ ਕੇ ਆਈ ਡਮਰੂ ਭਮੀਰੀਆਂ ਅਤੇ ਪਿਆਰ ਰੁੱਤਾਂ ਲਿਆਈ ਪਿਆਰ ਦੀਆਂ ਰੁੱਤਾਂ 'ਚ ਵਜਾਉਣੇ ਜੀ ਨੇ ਘੁੱਗੂ ਅਜੋ ਸਿੱਖ ਲਓ ਸਿਖਾਉਣ ਤੁਹਾਨੂੰ ਆਈ ਵੇ ਲੈ ਲਓ ਡਮਰੂ ਭਮੀਰੀਆਂ ਪਿਆਰ ਦੀਆਂ ਰੁੱਤਾਂ ਹਲੇ ਆਈ ਵੇ ਲੈ ਲਓ ਡਮਰੂ ਭਮੀਰੀਆਂ ਜਿਹੜਾ ਵਕਫੇ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਬੀਬੀ ਲੁਕੋ ਕੇ ਰੱਖਣੀ ਚਾਹੀਦੀ ਗਲਤ ਤਰੀ ਗੱਲ ਸੀ ਨਹੀਂ ਨਹੀਂ ਬੀਬੀਆਂ ਕਿਉਂ ਲੁਕੋਗੋ ਜੀ ਇਤਿਹਾਸ ਬਣਦਾ ਜੇ ਤਾਂ ਤੁਹਾਨੂੰ ਬੀਬੀਆਂ ਤੋਂ ਵੈਸੇ ਹੀ ਜੈਲਸੀ ਹੈ ਉਹ ਤਾਂ ਵੱਖਰੀ ਗੱਲ ਹੈ ਜੀ ਲੇਕਿਨ ਇਹ ਬੀਬੀਆਂ ਤੋਂ ਕੋਈ ਉਸਤਤ ਕਰਦਾ ਥੋੜਾ ਮੋਟਰਸਾਈਕਲ ਫੇਰ ਨਹੀਂ ਉਸਤਤ ਮਤਲਬ ਮੈਂ ਵੀ ਹੈਰਾਨ ਆ ਕਿ ਇੰਨੀ ਉਸਤਤ ਮਤਲਬ ਜਿੱਥੇ ਬੀਬੀ ਦੇਖ ਗਈ ਆਪਾਂ ਗਾਣਾ ਮੇਰੇ ਗੀਤਾਂ ਨੇ ਹਾਂ ਮੈਨੂੰ ਜਿਹੜੀ ਸ਼ਾਬਾਸ਼ੀ ਦਵਾਈ ਹੋਈ ਹੈ ਮੁਹੱਬਤ ਹਰ ਇੱਕ ਕੋਈ ਚਾਹੁੰਦਾ ਨਫ਼ਰਤ ਕੋਈ ਨਹੀਂ ਚਾਹੁੰਦਾ ਬਿਲਕੁਲ ਜੁਦਾਈ ਕੋਈ ਨਹੀਂ ਭਾਲਦਾ ਮਿਲਣ ਸਾਰੇ ਕਹਿੰਦੇ ਮਿਲਣ ਦੀ ਰਾਤ ਰੋਜ਼ ਆਵੇ ਲੜਨ ਦੀ ਰਾਤ ਰੋਜ਼ ਆਵੇ ਵਿਛੜਨ ਦੀ ਰਾਤ ਕਦੇ ਵੀ ਨਾ ਆਵੇ ਮੈਂ ਵਿਛੋੜੇ ਪਵਾ ਕੇ ਰਾਜੀ ਨਹੀਂ ਵਿਛੋੜੇ ਤਾਂ ਮਾਣੇ ਦੀ ਪਏ ਆ ਜਦੋਂ ਵੀ ਪਏ ਆ ਮੈਂ ਕਿਸੇ ਦੇ ਵਿਛੋੜੇ ਪਵਾ ਕੇ ਰਾਜੀ ਜੀ ਇਸ ਗਾਇਕੀ ਦੇ ਸਫ਼ਰ ਦੇ ਵਿੱਚ ਟਾਣਾ ਸਾਹਿਬ ਕੁਛ ਕਹਿਣ ਲੱਗੇ ਸੀ ਤੁਸੀਂ ਸ਼ਾਇਦ ਨਹੀਂ ਪਹਿਲਾਂ ਤੁਸੀਂ ਪੁੱਛੋ ਕੋਈ ਨਹੀਂ ਜੀ ਮੈਂ ਪੁੱਛਣ ਲੱਗੀ ਸੀ ਕਿ ਬਹੁਤ ਸਾਰੇ ਗਾਇਕਾਂ ਨੇ ਤੁਹਾਡੇ ਗੀਤ ਗਾਏ ਨੇ ਪਰ ਬਹੁਤਿਆਂ ਦੇ ਨਾਲ ਬਹੁਤ ਸਾਰੀਆਂ ਸਲੂਣੀਆਂ ਮਿੱਠੀਆਂ ਯਾਦਾਂ ਵੀ ਜੁੜੀਆਂ ਹੋਣਗੀਆਂ ਕੋਈ ਐਸੇ ਤਜਰਬੇ ਜਿਹੜੇ ਤੁਹਾਡੇ ਨਾਲ ਵਾਪਰੇ ਕੋਈ ਸਾਡੇ ਨਾਲ ਸਾਂਝੇ ਕਰਨੇ ਚਾਹੋ ਤਾਂ ਕਈ ਵਾਰ ਜਿਹੜੇ ਗਾਇਕ ਆ ਉਹ ਤੁਹਾਡਾ ਮਾਣ ਸਨਮਾਨ ਬਹੁਤ ਕਰਦੇ ਅਸੀਂ ਹਰ ਗੀਤਕਾਰ ਨੂੰ ਪੁੱਛਦੇ ਹਾਂ ਇਹ ਗੱਲ ਕਈ ਵਾਰ ਮੰਗੇ ਤੋਂ ਵੀ ਨਹੀਂ ਕੁਝ ਦਿੰਦੇ ਕਈ ਵਾਰ ਅਸੀਂ ਮੰਗਦੇ ਹੀ ਨਹੀਂ ਕਈ ਵਾਰ ਕੋਈ ਦਿੰਦਾ ਹੀ ਨਹੀਂ ਤੁਹਾਡਾ ਕਿਹੋ ਜਿਹਾ ਗੀਤਕਾਰੀ ਸਫ਼ਰ ਰਿਹਾ ਆਰਥਿਕ ਪੱਖੋਂ ਆਰਥਿਕ ਪੱਖੋਂ ਮੈਂ ਬਹੁਤ ਸਟਰੋਂਗ ਸੀਗਾ ਜੀ ਮੇਰੀ ਪਤਨੀ ਟੀਚਰ ਸੀ ਜੀ ਮੈਂ ਖੁਦ ਉੱਥੇ 50,000 ਰੁਪਈਆ ਤਨਖਾਹ ਲੈਂਦਾ ਸੀ ਜੀ ਕਿਉਂਕਿ ਜਨਰੇਸ਼ਨ ਅਲਾਊਂਸ ਮਿਲਦਾ ਸੀ ਬਿਜਲੀ ਬੋਰਡ ਦਾ 15,000 ਜਨਰੇਸ਼ਨ ਬਣ ਜਾਂਦਾ ਸੀ 20,000 ਵੀ ਬਣ ਜਾਂਦਾ ਸੀ ਜਿਹੜੀ ਅਸੀਂ ਬਿਜਲੀ ਵੱਧ ਪੈਦਾ ਕਰਦੇ ਸੀ ਉਹਦੇ 'ਚ ਸਾਨੂੰ ਹਿੱਸਾ ਮਿਲਦਾ ਸੀ ਜੇ ਚੀਫ ਇੰਜੀਨੀਅਰ ਹੈ ਉਹਨੂੰ ਉਹਦੀ ਤਨਖਾਹ ਦੇ ਸਕੇਲ ਦੇ ਅਕੋਰਡਿੰਗ ਮਿਲਦਾ ਸੀ ਜੇ ਕੋਈ ਸੇਵਾਦਾਰ ਹੈਗਾ ਤਾਂ ਉਹਨੂੰ ਉਹਦੀ ਸਕੇਲ ਦੇ ਅਕੋਰਡਿੰਗ 15,000 20,000 10,000 ਘੱਟੋ ਘੱਟ ਹਰੇਕ ਨੂੰ ਮਿਲਦਾ ਸੀ ਇਸ ਕਰਕੇ ਪੈਸੇ ਦੀ ਮੈਂ ਕਦੇ ਕਿੱਲਤ ਨਹੀਂ ਦੇਖੀ ਜਿਹੜਾ ਗਾਇਕ ਹੁੰਦੇ ਆ ਨਾ ਇਹ ਗਰੀਬ ਦਿਲ ਹੁੰਦੇ ਆ ਮੈਂ ਕਿਤੇ ਗਾਲ ਕੱਢੋਗੇ ਨਾ ਗਾਲ ਕਾਹਦੀ ਕਤਰ ਕੱਢਣੀ ਨਹੀਂ 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 ਇਹ ਦਿਲ ਦੇ ਗਰੀਬ ਹੁੰਦੇ ਆ ਵਿਚਾਰੇ ਜਿਹੜਾ ਦਿਲ ਦਾ ਗਰੀਬ ਆ ਉਹ ਕਦੇ ਅਮੀਰ ਨਹੀਂ ਹੋ ਸਕਦਾ ਹੈ ਨਾ ਫਿਰ ਕਿਸੇ ਮਲੰਗ ਬੰਦੇ ਦੀ ਜੇਬ 'ਚੋਂ ਕੁਛ ਮੰਗਣਾ
ਮੈਨੂੰ ਨਹੀਂ ਲੱਗਦਾ ਕਿਸੇ ਅਮੀਰ ਫਿਰ ਉਹ ਤਾਂ ਅਮੀਰ ਭਿਖਾਰੀਆਂ 'ਚ ਆ ਗਿਆ ਮੈਂ ਦਿਲ ਦਾ ਵੀ ਅਮੀਰ ਹਾਂ ਮੈਂ ਜੇਬ ਦਾ ਵੀ ਅਮੀਰ ਸੀਗਾ ਜੀ ਮੈਨੂੰ ਵਿਚਾਰਿਆਂ ਤੋਂ ਮੰਗਣ ਦੀ ਜੋ ਜੀ ਆਵੇ ਸੋ ਰਾਜੀ ਜਾਵੇ ਜਿਹੜਾ ਆਇਆ ਮੈਂ ਉਹਨੂੰ ਗੀਤ ਦੇ ਕੇ ਤੋਰਿਆ ਮੈਂ ਕਦੇ ਉਹ ਤੋਂ ਪੈਸਿਆਂ ਦੀ ਇੱਛਾ ਨਹੀਂ ਰੱਖੀ ਕਦੇ ਵੀ ਅਤੇ ਨਾ ਹੀ ਰੱਖਦਾ ਮੈਂ ਹੁਣ ਵੀ ਤੁਹਾਡੇ ਚੈਨਲ ਦੇ ਜ਼ਰੀਏ ਤੁਹਾਡੇ ਪ੍ਰੋਗਰਾਮ ਦੇ ਜ਼ਰੀਏ ਕਹਿਣਾ ਚਾਹੁੰਦਾ ਜਿਹੜਾ ਕੋਈ ਵੀ ਗਰੀਬ ਕੋਈ ਵੀ ਅਮੀਰ ਮੇਰਾ ਗੀਤ ਲੈਣਾ ਚਾਹੀਦਾ ਨਿਸ਼ੁਲਕ ਮੈਂ ਗੀਤ ਦਿੰਦਾ ਸ਼ੌਕੀਆ ਗੀਤ ਲਿਖਦਾ ਲੇਕਿਨ ਦੋ ਤਿੰਨ ਜਿਹੜੇ ਗਾਇਕ ਹੈ ਜਾਂ ਇੱਕ ਹੀ ਗਾਇਕ ਹੈ ਹੋਰਾਂ ਦੇ ਨਾਂ ਪਾਉਣ ਵਾਸਤੇ ਮੇਰੇ ਨੂੰ ਪ੍ਰੈਸ਼ਰਾਈਜ਼ ਨਾ ਕੀਤਾ ਜਾਇਆ ਕਰੇ ਮੈਂ ਸਿਰਫ ਇਸੇ ਗੱਲ ਤੋਂ ਡਰਦਾ ਹੋਰ ਮੈਨੂੰ ਕੋਈ ਪ੍ਰੋਬਲਮ ਨਹੀਂ ਗੀਤ ਫੜੋ ਗਾਓ ਅਤੇ ਜ਼ਿੰਦਗੀਆਂ ਬਣਾਓ ਇੱਕ ਜੋਬਨਜੀਤ ਹੈ ਲੜਕਾ ਉਹਦੀ ਵੀ ਮੈਂ ਕੈਸੇਟ ਕਰਾਈ ਉਹਦਾ ਨਾਮ ਹੈ ਉਹਦਾ ਨਾਂ ਤਾਂ ਕੁਛ ਹੋਰ ਉਦਮ ਆਦਮ ਰੱਖਿਆ ਸੀ ਘਰਦਿਆਂ ਨੇ ਮੈਂ ਕਿਹਾ ਜੋਬਨਜੀਤ ਸੋਹਣਾ ਲੱਗਦਾ ਕੁੜੀਆਂ ਨੂੰ ਮੋਹ ਹੁੰਦਾ ਮੁੰਡਿਆਂ ਨੂੰ ਮੋਹ ਹੁੰਦਾ ਕਹਿੰਦਾ ਨਾਂ ਸੋਹਣੇ ਵਾਲਾ ਜੇ ਨਾਂ ਸੋਹਣਾ ਤਾਂ ਗਾਣੇ ਵੀ ਸੋਹਣੇ ਹੋਣਗੇ ਅਤੇ ਜੇ ਨਾ ਹੀ ਰੁਲਦੂ ਸਿੰਘ ਆ ਤਾਂ ਉਹਦੀ ਕੈਸੇਟ ਕੀ ਸਵਾਹ ਸੁਣਨੀ ਹੈ ਕਿਸੇ ਨੇ ਹੈ ਨਾ ਅਤੇ ਇਸ ਕਰਕੇ ਇੱਕ ਮੁੰਡਾ ਲਵਜੀਤ ਆ ਕੱਚੇ ਕੋਠੇ ਮਿੱਤਰਾਂ ਦੇ ਕੈਸੇਟ ਉਂ ਜੇ ਸੱਜਣਾ ਸੱਜਣਾ ਕਰਦੀ ਹੈ ਤੇਰੇ ਦਿਲ ਵਿੱਚ ਸਾਡੀ ਥਾਂ ਹੈ ਨਹੀਂ ਇੱਕ ਜਦਕਾਰ ਦੀ ਤਾਕੀ ਖੁੱਲੂਗੀ ਮੇਰੀ ਲਾਸ਼ ਰਸਤੇ 'ਤੇ ਝੁੱਲੂਗੀ ਤੇਰੇ ਤੁਰਨ ਤੋਂ ਮਗਰੋਂ ਕੁੜੀਆਂ ਵਿਹੜੇ ਤੇਰੇ ਗਾਉਣਗੀਆਂ ਜਦ ਮੌਤ ਮੇਰੀ ਦੀ ਖਬਰ ਸੁਣੀ ਮੇਰੀ ਮਾਂ ਵੱਲ ਭੱਜੀਆਂ ਆਉਣਗੀਆਂ ਉਹ ਵੀ ਮੈਂ ਉਹ ਲਵਜੀਤ ਉਹਦਾ ਮੁੰਡੇ ਦਾ ਨਾਂ ਰੱਖਿਆ ਉਹਦਾ ਨਾਂ ਵੈਸੇ ਬਾਕਰ ਪੋਨਾ ਸੀ ਇੱਕ ਮੁੰਡਾ ਰੌਕੀ ਸਿੰਘ ਹੈ ਉਹ ਤਾਂ ਉਹਨੂੰ ਵੀ ਮੈਂ ਗੀਤ ਦਿੱਤਾ ਰਾਂਝਾ ਘਰੋਂ ਕੱਢਤਾ ਗਜ਼ਬ ਲੋਕੋ ਹੋਇਆ ਤਖ਼ਤ ਹਜ਼ਾਰਾ ਸਾਰਾ ਕੋਠੀ ਚੜ੍ਹ ਰੋਇਆ ਕੀਤਾ ਸਕਿਆ ਭਰਾਵਾਂ ਕਿੱਡਾ ਕਹਿਰ ਨਾਲੇ ਹੱਥੋਂ ਹੀਰ ਖੁਸਗੀ ਨਾਲੇ ਪੈ ਗਿਆ ਸਿਆਲਾਂ ਨਾਲ ਵੈਰ ਮਾਣਿਆ ਮੁਹੱਬਤਾਂ ਕਿਹਨੂੰ ਰਾਸ ਆਉਂਦੀਆਂ ਬਾਰਾਂ ਬਾਰਾਂ ਸਾਲ ਹੀਰਾਂ ਮੱਝਾਂ ਚਰਵਾਉਂਦੀਆਂ ਮੂੰਹੋਂ ਮੰਗੀ ਨਹੀਂ ਕਿਤੋਂ ਵੀ ਪੈਂਦੀ ਖੈਰ ਨਾਲੇ ਹੱਥੋਂ ਹੀਰ ਖੁਸਗੀ ਨਾਲੇ ਪੈ ਗਿਆ ਸਿਆਲਾਂ ਨਾਲ ਪਰ ਮਾਣਾ ਸਾਹਿਬ ਰੋਂਦਾ ਪਿਆ ਮਾਣਾ ਘਰੇ ਆ ਜਾ ਸਤਵਿੰਦਰੇ ਜੀ ਇਹ ਸਤਵਿੰਦਰ ਕੌਣ ਸੀ ਮੇਰੀ ਮੈਡਮ ਸੀ ਹਾਂ ਜੀ ਅੱਜ ਤੁਸੀਂ ਉਹਨੂੰ ਹੀ ਸੰਬੋਧਨ ਕਰ ਰਹੇ ਹੋ ਮੈਂ ਕਹਿੰਦਾ ਦੂਜਾ ਕਿਉਂ ਕਹਾਊਗਾ ਆਪਦੇ ਆਪ ਨੂੰ ਜੀ ਹੈ ਨਾ ਮੇਰੇ ਵਾਲਾ ਤਾਂ ਗੁੱਸਾ ਵੀ ਕਰੂਗਾ ਤਾਂ ਵੀ ਸਮਾਈਲ ਜਿਹਾ ਕਰ ਦੂਗਾ ਨਾ ਕਰਿਆ ਕਰੋ ਇੱਦਾਂ ਅਤੇ ਦੂਜੇ ਕਿਸੇ ਨੂੰ ਮੈਂ ਕੀ ਕਹਿ ਸਕਦਾ ਜੀ ਹੈ ਨਾ ਲੋਕ ਆਪਦਾ ਬੋਝ ਆਪ ਹੀ ਚੱਕੀ ਫਿਰਨ ਤਾਂ ਬਹੁਤ ਹੁੰਦਾ ਜੀ 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 ਪਰ ਜਿਹੜੀ ਗੱਲ ਦਾ ਤੁਸੀਂ ਜ਼ਿਕਰ ਕੀਤਾ ਕਿ ਮੈਂ ਨਿਸ਼ੁਲਕ ਗੀਤ ਦੇਣਾ ਪਰ ਨਾ ਜਿਹੜਾ ਕਿਸੇ ਹੋਰ ਦਾ ਨਾ ਪਾਓ ਇਹ ਕੀ ਕੋਈ ਇਹੋ ਜਿਹਾ ਭਾਣਾ ਵਾਪਰ ਚੁੱਕਿਆ ਮੇਰਾ ਇੱਕ ਬਹੁਤ ਪਿਆਰਾ ਸਿੰਗਰ ਹੈ ਜੀ ਮੈਂ ਉਹਨੂੰ ਬਹੁਤ ਪਿਆਰ ਕੀਤਾ ਸਾਰੀ ਉਮਰ ਔਰ ਸਭ ਤੋਂ ਵੱਧ ਉਹਨੇ ਮੇਰੇ ਗੀਤ ਗਾਏ ਉਹ ਉਹਨੇ ਮੇਰੇ ਤੋਂ ਬਹੁਤ ਨਾਂ ਪਾਏ ਅੰਡਰ ਪ੍ਰੈਸ਼ਰ ਨਾਂ ਪਵਾਏ ਜੀ ਮਤਲਬ ਗੀਤ ਤੁਹਾਡੇ ਸੀ ਨਾ ਕਿਸੇ ਹੋਰ ਦੇ ਪਵਾਏ ਇਹ ਹੋਰ ਗੀਤਕਾਰਾਂ ਨਾਲ ਜਿੱਦਾਂ ਹੁੰਦਾ ਨਾਲ ਜੀ 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 ਤੇ ਹੋਰ ਗੀਤਕਾਰਾਂ ਨਾਲ ਵੀ ਇਹ ਸਾਰਾ ਕੁਝ ਹੁੰਦਾ ਜੋ ਤੁਹਾਡੇ ਨਾਲ ਹੋਇਆ ਉਹ ਆਪ ਦੱਸ ਸਕਦੇ ਜੀ ਮੈਂ ਗੀਤਕਾਰਾਂ ਦਾ ਵਿਚਾਰਿਆਂ ਦਾ ਕਿਉਂ ਜਿਹੜਾ ਉਹਨਾਂ ਦਾ ਤਜਰਬਾ ਮੈਂ ਕਿਵੇਂ ਦੱਸ ਸਕਦਾ ਜੀ ਮੈਂ ਤਾਂ ਮੇਰਾ ਤਜਰਬਾ ਦੱਸ ਸਕਦਾ ਫਿਰ ਜਿਹਨੂੰ ਮੈਂ ਵੱਧ ਸਭ ਤੋਂ ਵੱਧ ਪਿਆਰ ਕੀਤਾ ਗਾਇਕਾਂ 'ਚੋਂ ਉਹੀ ਨਲਾਇਕ ਨਿਕਲਿਆ ਅੱਛਾ ਜੀ ਕਦੇ ਜ਼ਿਕਰ ਕਰੂੰਗਾ ਜੇ ਤੇ ਕੋਈ ਪਰਮਾਤਮਾ ਨੇ ਮੈਨੂੰ ਇਹੋ ਜਿਹਾ ਸਮਾਂ ਦਿੱਤਾ ਤੇ ਜ਼ਿੰਦਗੀ ਬਖਸ਼ੀ ਹੁਣ ਜ਼ਿੰਦਗੀ ਰਸਤੇ ਪਈ ਹੋਈ ਆ ਮੌਤ ਵਾਲੇ ਨਹੀਂ ਨਹੀਂ ਤੁਸੀਂ ਐ ਨਾ ਗੱਲ ਕਹੋ ਮੈਂ ਫਿਰ ਭਾਵਕ ਹੋ ਜਾਣਾ ਜੀ ਜੀ ਤਾਂ ਮੈਂ ਪਹਿਲਾਂ ਹੀ ਭਾਵਕ ਹਾਂ ਜੀ ਮੈਂ ਕੁਛ ਬੋਲ ਨਹੀਂ ਸਕਦਾ ਮੈਂ ਬਹੁਤ ਸਾਰੇ ਲੋਕਾਂ ਇੱਕ ਹੰਸਰਾਜ ਹੰਸ ਜੀ ਗਾਣਾ ਗਾਉਂਦੇ ਹੁੰਦੇ ਆ ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਤੇ ਪਾਤਰ ਸਾਹਿਬ ਦਾ ਲਿਖਿਆ ਹੋਇਆ ਹਾਂਜੀ 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 ਬਸ ਬਸ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਹੁਣ ਮੈਂ ਉਸ ਸੱਪ ਦੇ ਮੂੰਹ 'ਚ ਖੋੜ ਘਿਰ ਲਈ ਹੈ ਜੀ ਇਸ ਟਾਈਮ ਛੱਡਦਾ ਤਾਂ ਕਲੰਕੀ ਖਾਂਦਾ ਤਾਂ ਕੋੜੀ ਜੇ ਅੰਦਰ ਨਾ ਆਉਂਗੀ ਤਾਂ ਕੋੜ ਚੱਲ ਜੂ ਜੇ ਬਾਹਰ ਰਹਿ ਗਈ ਤਾਂ ਅਗਲਾ ਕਹਿੰਦਾ ਤੂੰ ਸੱਪ ਟੱਟੂਦਾ ਅਤੇ ਤੂੰ ਕਿਰਲੀ ਤਾਂ ਮਰੀ ਨਹੀਂ ਹੈ ਨਾ ਮੈਂ ਫਸਿਆ ਹੋਇਆ ਮੈਂ ਕੁਛ ਬੋਲਣਾ ਨਹੀਂ ਚਾਹੁੰਦਾ ਫਿਰ ਮੇਰਾ ਇੱਕ ਬਹੁਤ ਪਿਆਰਾ ਗਾਇਕ ਹਰਵਿੰਦਰ ਬਾਜਵਾ ਜੂ ਇਸੇ ਤੋਂ ਉਹਨਾਂ ਦੀ ਵਾਚ 'ਚ ਮੇਰਾ ਗਾਣਾ ਆਇਆ ਮਿੱਟੀ ਮਿੱਟੀ ਹਾਂ ਸੱਚ ਦਾ ਭੁਲੇਖਾ ਪਾ ਕੇ ਬੜਾ ਝੂਠ ਬੋਲਿਆ ਵੀ ਝੂਠ ਵਿੱਚੋਂ ਸੱਚ ਦੀ ਕਹਾਣੀ ਕਿਵੇਂ ਲਿਖੇਗਾ ਮਿੱਟੀ ਨਾਲ ਮਿੱਟੀ ਉੱਤੇ ਮਿੱਟੀ ਤਾਂ ਤੂੰ ਲਿਖ ਦਿੰਦਾ ਪਾਣੀ ਉੱਤੇ ਪਾਣੀ ਨਾਲ ਪਾਣੀ ਕਿਵੇਂ ਲਿਖੇਗਾ ਕੀ ਬਾਤ ਹੈ ਗਿੱਲ ਕਲਾ ਮਾਣਿਆ ਇਕੱਲਾ ਤੈਨੂੰ ਛੱਡ ਕੇ ਵੀ ਇਕੱਲੀ ਕਿਵੇਂ ਕਰੂੰਗੀ ਗੁਜ਼ਾਰਾ ਮੈਂ ਸ਼ਹਿਰ ਵੇ ਬਠਿੰਡੇ ਦੇ ਉੱਤਰ ਵਿੱਚ ਬੈਠ ਗਈ ਹਾਂ ਪੈਰਾਂ ਉੱਤੇ ਮਾਰ ਕੇ ਕਹਾੜਾ ਮੈਂ ਸਕਿਆਂ ਨੇ ਸਖੀ ਤੇਰੀ ਪਿੰਜਰੇ 'ਚ ਕੈਦ ਕੀਤੀ ਪਿੰਜਰੇ ਦੀ ਗੁਪਤ ਕਹਾਣੀ ਕਿਵੇਂ ਲਿਖੇਗਾ ਮਿੱਟੀ ਨਾਲ ਮਿੱਟੀ ਉੱਤੇ ਮਿੱਟੀ ਤਾਂ ਤੂੰ ਲਿਖ ਦਿੰਦਾ ਪਾਣੀ ਉੱਤੇ ਪਾਣੀ ਨਾਲ ਪਾਣੀ ਕਿਵੇਂ ਲਿਖੇਗਾ ਸਿਰਾ ਇਸ ਪ੍ਰੋਗਰਾਮ ਦਾ ਹਾਸਲ ਇਹ ਆ ਥੈਂਕ ਯੂ ਇਹ ਗਾਣਾ ਇਸ ਪ੍ਰੋਗਰਾਮ ਦਾ ਸਿਰਮੌਰ ਸੁਪਰ ਹਿੱਟ ਆ ਬਿਲਕੁਲ ਬਿਲਕੁਲ ਜੀ ਪਿਆਰ ਮੇਰੇ ਦੀਆਂ ਝੂਠ ਝੂਠ ਸਤਰੰਗੀਆਂ ਪੀਂਘਾਂ ਨੇ ਬਦਲ ਗਈ ਮਟਿਆਰੇ ਹੁਣ ਤੂੰ ਮਾਰੇ ਨੀਂਘਾਂ ਨੇ ਮੇਰੀ ਕਹਾਣੀ ਮੁੱਕਦਿਆਂ ਮੁੱਕਦਿਆਂ ਇੱਦਾਂ ਹੀ ਮੁੱਕ ਜੂਗੀ ਜਿਹੜੀ ਹਿੱਕ ਤੇ ਸਿਰ ਰੱਖ ਸੁਣਦੀ ਸੀ ਉਹ ਧੜਕਣ ਰੁਕ ਜੂਗੀ ਮਾੜਾ ਮਾਣਾ ਚੰਦਰੀਏ ਮਾਣਾ 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 ਆਖ ਵੜਾ ਵਡਿਆਇਆ ਮਾਣੇ ਨੂੰ ਰੋਲ ਰੋਲ ਕੇ ਮਾਰੇ ਹੁਣ ਤੂੰ ਕਿਉਂ ਮਰ ਜਾਣੇ ਨੂੰ ਗਿੱਲ ਕਲਾਨੀਆਂ ਗਲੀਆਂ 'ਚੋਂ ਮੇਰੀ ਅਰਥੀ ਉੱਠ ਜੂਗੀ ਜਿਹੜੀ ਹਿੱਕ ਤੇ ਸਿਰ ਰੱਖ ਸੁਣਦੀ ਧੜਕਣ ਰੁਕ ਜੂਗੀ ਇੰਨੇ ਡੁੱਬ ਕੇ ਇੰਨੇ ਵਿਛੋੜੇ ਦੀ ਤਾਪ ਵਾਲੇ ਗੀਤ ਲਿਖਦੇ ਰਹੇ ਹਾਂ ਕੋਈ ਤਨ ਦੇ ਉੱਤੇ ਪੀੜ ਹਨਾਉਂਦੇ ਸੀ ਉਸ ਵੇਲੇ ਬਹੁਤ ਪੀੜਾਂ ਦੇ ਸੱਟ ਵੱਜੀ ਸੀ ਇਸ ਪ੍ਰੋਗਰਾਮ 'ਚ ਪੀੜਾਂ ਦੱਸਣ ਦੀ ਇਜਾਜ਼ਤ ਨਹੀਂ ਲੋਕਾਂ ਨੂੰ ਪ੍ਰੋਗਰਾਮ ਦਿਖਾ ਰਹੇ ਹਾਂ ਥੋੜ੍ਹਾ ਐਂਟਰਟੇਨਮੈਂਟ ਹੋਣ ਦਿਓ ਉਹਨਾਂ ਦਾ ਮੈਂ ਪੀੜਾਂ ਕਿਸੇ ਹੋਰ ਪ੍ਰੋਗਰਾਮ 'ਚ ਕੱਢ ਲੂੰ ਪੀੜਾਂ ਬਹੁਤ ਨੇ
ਕਹਿੰਦੇ ਦੇ ਹੰਝੂ ਦੁਨੀਆਂ ਦੀ ਸਭ ਤੋਂ ਵੱਡਾ ਸਨਮਾਨ ਹੈ ਮੇਰੇ ਲਈ ਇਸ ਲੜਕੀ ਫੀਲ ਕਰਦੀ ਅੰਦਰ ਹਾਰਟ ਅਟੈਕ ਦੀ ਤੁਹਾਡੇ ਵੀ ਬਹੁਤ ਹੈ ਲੇਕਿਨ ਕੀ ਕਰੋ ਇਹਨਾਂ ਦਾ ਕੋਈ ਬਦਲ ਨਹੀਂ ਨਾ ਪ੍ਰੋਗਰਾਮ ਦੇ ਜ਼ਿੰਮੇਵਾਰ ਤੁਸੀਂ ਹੋ ਜੇ ਤੁਸੀਂ ਰੋਣ ਲੱਗ ਗਏ ਇਹਨਾਂ ਦਾ ਪ੍ਰੋਗਰਾਮ ਆ ਮੈਂ ਤਾਂ ਸਹਿਯੋਗੀ ਹਾਂ ਬਿਲਕੁਲ ਪਰ ਇਹ ਸੱਚੀ ਮੁੱਚੀ ਬੜੇ ਭਾਵਕ ਆ ਨਹੀਂ ਇਹ ਉਹਦੇ ਵਿੱਚ ਚਲੇ ਜਾਂਦੇ ਫੀਲਿੰਗ ਜੇ ਖੁਦਾ ਨਾ ਖਾਸਤਾ ਕਦੇ ਇਹ ਇਜਾਜ਼ਤ ਮਿਲ ਜਾਂਦੀ ਨਾ ਮਿਲੇ ਕਿਉਂਕਿ ਉਸ ਤਰ੍ਹਾਂ ਕਰਦਾ ਜਿਹਨਾਂ ਲੋਕਾਂ ਦੀਆਂ ਮੈਂ ਆਪਾਂ ਉਸੇ ਮੂੰਹ ਨਾਲ ਨਿੰਦਿਆ ਕਰਨੀ ਪੈ ਜੇ ਤਾਂ ਫਿਰ ਬਹੁਤ ਮੁਸ਼ਕਿਲ ਵਾਲੀ ਗੱਲ ਆ ਮਾਣਾ ਸਾਹਿਬ ਕਦੇ ਕਿਸੇ ਗਾਇਕ ਨੇ ਆ ਕੇ ਆਖਿਆ ਇਹ ਬਈ ਅਸੀਂ ਤੁਹਾਡੇ ਬਹੁਤ ਸਾਰੇ ਗੀਤ ਗਾਏ ਆ ਜਾਂ ਸਾਨੂੰ ਗੀਤ ਦੇ ਦਿਓ ਆ ਲਿਫਾਫਾ ਸਾਂਭ ਕੇ ਰੱਖੋ ਇਹਦੇ ਵਿੱਚ ਚੰਦ ਛਿੱਲੜ ਪਾਏ ਆ ਉਹ ਗਾਇਕ ਕਦੇ ਕਿਸੇ ਨੇ ਵੀ ਨਾ ਜੀ ਨਾ ਵਿਚਾਰੇ ਗਰੀਬ ਹੁੰਦੇ ਆ ਜੀ ਰੇਸ਼ਮੀ ਕੱਪੜੇ ਦੇਖ ਲੈਂਦੇ ਹੋ ਤੁਸੀਂ ਤਾਂ ਟਹਿਣਾ ਸਾਹਿਬ ਰੇਸ਼ਮੀ ਕੱਪੜੇ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਰੇਸ਼ਮੀ ਕੱਪੜੇ ਤਾਂ ਫਗਵਾੜੇ ਤੋਂ ਮਿਲਦੇ ਆ ਬਹੁਤ ਮੁਸ਼ਕਿਲ ਨਾਲ ਦੋ ਚਾਰ ਤੋਂ ਪੈਸੇ ਇਕੱਠੇ ਕਰਕੇ ਲਿਜਾਂਦੇ ਹੋਣਗੇ ਫਿਰ ਉਹ ਦਿਲ ਦੇ ਗਰੀਬ ਰਹਿ ਗਏ ਨਾ ਜਿਹਨੇ ਬਚਪਨ ਤੋਂ ਜਵਾਨੀ 'ਚ ਪੈਰ ਰੱਖਦੇ ਗਰੀਬੀ ਦੇਖੀ ਹੋਵੇ ਅਮੀਰ ਕਿੱਥੋਂ ਹੋਜੂ ਮੇਰੇ ਤਾਂ ਕਰੋੜਾਂ ਪਤੀ ਨੇ ਸਿੰਗਰ ਮੇਰੇ ਤਾਂ ਸਿੰਗਰ ਇਹੋ ਜਿਹੇ ਵੀ ਆ ਜਿਹਨਾਂ ਦੇ ਮਨੀਲਾ 'ਚ ਵਿਆਜ 'ਤੇ ਰੁਪਈਆ ਚੱਲਦਾ ਅੱਛਾ ਜੀ ਮੇਰੇ ਸਿੰਗਰਾਂ ਦਾ ਇਹੋ ਜਿਹੇ ਹੈ ਜਿਹਨਾਂ ਦੀਆਂ ਲਿਮਟਾਂ ਬਣੀਆਂ ਹੋਈਆਂ HDFC ਬੈਂਕ ਤੋਂ 3-3 ਕਰੋੜ ਰੁਪਈਆ ਉਹਨਾਂ ਨੇ ਉਸ ਬੈਂਕ ਤੋਂ ਲੈ ਕੇ ਮਨੀਲਾ 'ਚ ਚਲਾਇਆ ਹੋਇਆ ਤੇ ਤਾਂ ਵੀ ਤੁਹਾਨੂੰ ਕੁਛ ਨਹੀਂ ਦਿੱਤਾ ਉਹ ਕੀ ਮੈਂ ਤਾਂ ਪਹਿਲੇ ਜ਼ਿਆਦਾ ਜਿਹੜਾ ਦਿਲ ਦਾ ਗਰੀਬ ਹੈ ਨਾ ਮੈਡਮ ਤਿੰਦ ਉਹ ਕੁਛ ਨਹੀਂ ਦੇ ਸਕਦਾ ਕਿਸੇ ਨੂੰ ਉਹ ਲੈ ਸਕਦਾ ਤੇ ਆਪਾਂ ਕਿਉਂ ਲਈਏ ਆਪਾਂ ਕੀ ਗਰੀਬ ਹੈ ਕਿਹ ਨਹੀਂ ਜਿਹੜਾ ਆਪਾਂ ਦਿਲ ਦੇ ਵੀ ਰਾਜੇ ਜੇਬ ਦੇ ਵੀ ਰਾਜੇ ਵਾਹ ਵਾਹ ਹੈ ਨਾ ਤੁਸੀਂ ਉਸ ਥਰਮਲ ਦੇ ਵਿੱਚ ਨੌਕਰੀ ਕਰਦੇ ਰਹੇ ਆ ਜੀ ਜਿਹੜੀਆਂ ਹੁਣ ਯਾਦਾਂ ਹੀ ਰਹਿ ਗਈਆਂ ਜੀ ਪਤਾ ਨਹੀਂ ਕਦੋਂ ਉਹਨੇ ਵੀ ਸਵਰਗ ਸੁਧਾਰ ਜਾਣਾ ਸਵਰਗ ਸਭ ਨੇ ਸੁਧਾਰਨਾ ਜੀ ਵਕਤ ਸਰਕਾਰਾਂ ਦੀਆਂ ਨੀਤੀਆਂ ਦੇ ਕਰਕੇ ਥਰਮਲ ਵੀ ਗਿਆ ਸਮਝ ਲਓ ਜੀ ਇਹੋ ਜਿਹੀਆਂ ਖਬਰਾਂ ਆ ਰਹੀਆਂ ਜੀ ਉੱਥੇ ਬੈਠੇ ਨੂੰ ਕਈ ਵਾਰੀ ਕਲਾਕਾਰ ਆ ਕੇ ਮਿਲਦੇ ਹੋਣਗੇ ਬਹੁਤ ਜੀ ਉਹ ਫਿਰ ਯਾਦਾਂ ਕਿਵੇਂ ਘੇਰਾ ਪਾਉਂਦੀਆਂ ਮੇਰੇ ਬੱਸ ਦੇ ਬੋਰਨਟ 'ਤੇ ਲੜਕੀਆਂ ਨਾਲ ਲੜਕਿਆਂ ਨਾਲ ਭਰੀ JBR ਸਕੂਲ ਸੈਂਟ ਜੋਸਫ ਸਕੂਲ ਹਰਕ੍ਰਿਸ਼ਨ ਸਕੂਲ DAV ਸਕੂਲ ਦੇ ਬੱਚੇ ਅਤੇ ਟੀਚਰਾਂ ਮੇਰੇ ਨਾਲ ਹੁੰਦੀਆਂ ਸੀ ਉਹ ਮੇਰੇ ਗੀਤਾਂ ਦੇ ਮੁਖੜੇ ਬਣਦੀਆਂ ਸੀ ਤੁਸੀਂ ਕਹਿੰਦੇ ਲੇਡੀਜ਼ ਬਾਰੇ ਕਿਉਂ ਲਿਖਦਾ ਜਿਹੜਾ ਬੰਦਾ ਰਹਿੰਦਾ ਹੀ ਲੇਡੀਜ਼ 'ਚ ਉਹਨੇ ਹੋਰ ਕੀ ਸਵਾਹ ਕਰਨੀ ਹੈ ਜਿਹੜੇ ਲੋਕ ਮਿਲਦੇ ਉੱਥੇ ਮੇਰਾ ਰਾ ਮਟੀਰੀਅਲ ਤਾਂ ਉਹਨਾਂ ਲੋਕਾਂ ਤੋਂ ਹੀ ਮਿਲਣਾ ਸੀ ਨਾ ਉਹ ਅਫਸਰਾਂ ਦੀਆਂ ਪਤਨੀਆਂ ਹੁੰਦੀਆਂ ਸੀ ਜਾਂ ਅਫਸਰਾਂ ਦੇ ਬੱਚੇ ਹੁੰਦੇ ਸੀ ਉਹਨਾਂ 'ਤੇ ਮੈਂ ਗੀਤ ਲਿਖਦਾ ਹੁੰਦਾ ਸੀ ਮੈਂ ਇੱਕ ਰਾਣੀ ਰਣਦੀਪ ਨੇ ਮੇਰਾ ਗਾਣਾ ਗਾਇਆ ਸੀ ਕਾਸਾ ਕਾਸਾ ਉਹਦੀ ਸਥਾਈ ਅੰਤਰਾ ਹੁਣ ਦਿਓ ਉਹਦਾ ਕਾਂਡ ਸੁਣਾਉਣਾ ਜੀ ਮੈਂ ਤੁਹਾਨੂੰ ਮੈਂ ਅਨਾਥੋਰੇਜ ਬੱਚਿਆਂ ਨੂੰ ਚੜ੍ਹਾ ਨਹੀਂ ਸੀ ਸਕਦਾ ਲੇਕਿਨ ਮੈਂ ਉਤਾਰਦਾ ਨਹੀਂ ਸੀ ਅਫਸਰ ਮੈਨੂੰ ਕੁਛ ਕਹਿੰਦੇ ਨਹੀਂ ਸੀ ਕਿਉਂਕਿ ਮੈਂ ਬਰਨਾਲਾ ਸਾਹਿਬ ਦਾ ਪਰਮ ਭਗਤ ਸੀ ਅਤੇ ਚੀਫ ਇੰਜੀਨੀਅਰ ਮੇਰਾ ਲਵਾਇਆ ਹੁੰਦਾ ਸੀ ਮੈਂ ਕਿਹਾ ਬੱਚਾ ਬੱਸ 'ਚ ਜਾਣ ਪਿੱਛੇ ਕਰਦਿਆਂ ਨੇ ਸਾਈਕਲ ਨਹੀਂ ਲੈ ਕੇ ਦੇਣਾ ਸਾਈਕਲ ਲੈ ਕੇ ਦੇ ਦੇਣਾ ਅਤੇ ਰਾਹ 'ਚ ਗੁੰਡਾ ਅਨਸਰ ਜਿਹੜੇ ਹੁੰਦੇ ਆ ਸਾਈਕਲ ਬਰਾਬਰ ਲਾਉਣਗੇ ਬੱਚਾ ਪੜਨੋਂ ਹਟਾ ਲੈਣਗੇ ਭਰਾ ਜੇ ਪਿਓ ਨਾਲ ਗਿਲਾ ਕਰੂਗਾ ਭਰਾ ਕਰ ਦਿੰਦਾ ਕੁੜੀ ਅਤੇ ਕੁੜੀਆਂ ਨੂੰ ਪੜ੍ਹਨਾ ਬਹੁਤ ਔਖਾ ਹੁੰਦਾ ਉਹ ਬੱਚੀ ਮੈਨੂੰ ਕਹਿੰਦੀ ਵੀ ਮੇਰੇ 'ਤੇ ਸਰ ਗਾਣਾ ਲਿਖੋ ਮੈਂ ਉਹਦੇ ਨਹੀਂ ਐਂ ਝਾਕਿਆ ਜਦੋਂ ਸਟੇਅਰਿੰਗ 'ਤੇ ਬੈਠਾ ਤਾਂ ਬੰਦਾ ਹੀ ਝਾਕੂਗਾ ਨਾ ਮੈਂ ਕਿਹਾ ਕੀ ਹੋ ਗਿਆ ਤੈਨੂੰ ਕਹਿੰਦੀ ਮੇਰੇ 'ਤੇ ਗਾਣਾ ਲਿਖ ਦਿਉ ਕਹਿੰਦਾ ਤੈਨੂੰ ਵੀ ਸ਼ੌਕ ਪੈ ਗਿਆ ਕਹਿੰਦੀ ਹਾਂ ਮੈਂ ਕਿਹਾ ਕਾਗਜ਼ ਨਹੀਂ ਲਾਗ ਬੁੱਕ 'ਚੋਂ ਮੈਂ ਪਾੜ ਨਹੀਂ ਸਕਦਾ ਹਾਂ ਕਹਿੰਦੀ ਮੈਂ ਦਿੰਦੀ ਹਾਂ ਉਹਨੇ ਰਜਿਸਟਰ ਖੋਲਿਆ ਜੋੜ 'ਚੋਂ ਕੱਢਿਆ ਕਹਿੰਦੀ ਆ ਲਓ ਪੈਨ ਵੀ ਦੇਵਾਂ ਮੈਂ ਕਹਿੰਦਾ ਨਹੀਂ ਪੈਨ ਹੈਗਾ ਮੇਰੇ ਕੋਲ ਲਾਗ ਬੁੱਕ ਭਰਦਾ ਮੈਂ ਉਦਾਸ ਸੀਗੀ ਉਹ ਮੈਂ ਕਿਹਾ ਕਿਵੇਂ ਲਿਖਾਂ ਫਿਰ ਤੇਰੀਆਂ ਅੱਖਾਂ ਬਹੁਤ ਸੋਹਣੀਆਂ ਬਾਕੀ ਤਾਂ ਤੂੰ ਮੇਰੇ ਜਿੰਨੀ ਸੋਹਣੀ ਆ ਤੇਰੇ ਬੰਨੀਓ ਲਿਖਾਂ ਕਿ ਮੇਰੇ ਬੰਨੀਓ ਲਿਖਾਂ ਕਹਿੰਦੀ ਐਂ ਨਹੀਂ ਮੈਨੂੰ ਪਤਾ ਮੈਂ ਕਿਹਾ ਫਿਰ ਕਹਿੰਦੀ ਲਿਖ ਦਿਉ ਉਹ ਜਾ ਰਹੀ ਹੈ ਜੀ ਰਜਿੰਦਰਾ ਕਾਲਜ ਦੀ ਸਟੂਡੈਂਟ ਸੀ ਉਹ ਇੱਧਰਲੇ ਪਾਸੇ ਜੇ ਸੈਂਟ ਜੋਸਫ ਸਕੂਲ ਹੈ ਕਦੇ ਬਠਿੰਡੇ ਆਏ ਤਾਂ ਮੈਂ ਤੁਹਾਨੂੰ ਦਿਖਾਊਂਗਾ ਆ ਉਹ ਜਗ੍ਹਾ ਮੈਂ ਬੈਠਾ ਰਜਿਸਟਰ 'ਤੇ ਮੈਨੂੰ ਆਪਣੀ ਬਣਾਉਣ ਦੇ ਕਾਲਿਆ ਮੇਰੀ ਅੱਖ ਨੂੰ ਲੱਖਾਂ ਦੀ ਕਹਿਣ ਵਾਲਿਆ ਵੀ ਕੌਣ ਤਾਰੂ ਮੁੱਲੇ ਅੱਖ ਦੇ ਕਾਸਾ ਫੜ ਕੇ ਦਰਾਂ 'ਚੋਂ ਖੈਰ ਮੰਗਦੀ ਤੂੰ ਕਾਸੇ ਵਿੱਚ ਦਿਲ ਰੱਖ ਦੇ ਵੀ ਮੈਂ ਮੱਛੀਆਂ ਨੂੰ ਪਾਪਾ ਨੇ ਤਾਂ ਗੋਲੀਆਂ ਅੱਲਾ ਤੋਂ ਦੁਆਵਾਂ ਮੰਗਦੀ ਅੱਧੀ ਰਾਤ ਨੂੰ ਰਵਾਉਣ ਮੈਨੂੰ ਚੂੜੀਆਂ ਪੈਰਾਂ 'ਚੋਂ ਪੰਜੇਬ ਡੰਗਦੀ ਮੈਨੂੰ ਆਪਣੀ ਬਣਾ ਲਿਆ ਮੇਰੇ ਮਾਣਿਆ ਵੀ ਗਿੱਲ ਘਰਾਂ ਲੋਕ ਹੱਸਦੇ ਕਾਸਾ ਫੜ ਕੇ ਦਰਾਂ 'ਚੋਂ ਖੈਰ ਮੰਗਦੀ ਕਾਸੇ ਵਿੱਚ ਦਿਲ ਰੱਖ ਕਿਆ ਬਾਤ ਹੈ ਅਤੇ ਫਿਰ ਰਾਣੀ ਰਣਦੀਪ ਤੱਕ ਇਹ ਗਾਣਾ ਕਿਵੇਂ ਪਹੁੰਚਿਆ ਅਮਰਦੀਪ ਗਿੱਲ ਸਾਹਿਬ ਅਤੇ ਪ੍ਰੀਆ ਰਿਕਾਰਡਿੰਗ ਕੰਪਨੀ ਦੇ ਮਾਲਕ ਰਜਿੰਦਰ ਬਾਂਸਲ ਜੀ ਮੇਰੇ ਤੋਂ ਲੈ ਕੇ ਗਏ ਫਿਰ ਮੈਨੂੰ ਕਹਿੰਦੇ ਗੁਣਗਣਾ ਕੇ ਜੀ ਗਿੱਲ ਸਾਹਿਬ ਕਹਿੰਦੇ ਵੀ ਇਹਨੂੰ ਦੱਸ ਜੀ ਛੋਟੀ ਜਿਹੀ ਬੱਚੀ ਸੀ ਰਾਣੀ ਰਣਦੀਪ ਫਿਰ ਉਹ ਗਾਣਾ ਰਿਕਾਰਡ ਹੋ ਗਿਆ ਵਾਹ ਵਾਹ ਸਾਵਾਸ਼ੀ ਵਾਲੀ ਗੱਲ ਇਹ ਸੀ
वह मैं दो सीढ़ियाँ तो पांच आडियो कैसटा देन आया घर राजेंद्र बंसल। मैं वह फड़ के वह गुड्डी दे चला गया, वह लड़की जिदे तो गाना लिखा जी, एक फ्रेंड सी। जो तो मैं उन्हें थर्मल कलोनी के बच्चे क्वार्टर च पहुंचा तो गुड़िया भज के आ गई मेरे को, सर किधर सर किधर सर किधर। मैं क्या तेरी सहेली कहती क्यों, मेरे को गाना नहीं सी लिखवाया उन्हें साल पहला, वो तो गाना रिकॉर्ड हो गया ये बिच है जी। मैं मिठाई ले जाने की बहुत आदत है जी, जो मैं किसी भी मिलने जाना अज भी लेके आए हो, धन्यवाद थैंक यू। तो वो कहती तुसी उन्हें गाना देना है। मैं क्या हाँ कि थोनों नहीं पता। मैं क्या की हो गया, कहीं वो तो तीजे दिन ही आत्महत्या कर गई सी। ओहो मैं क्या की हो गया सी, फिर उन्होंने मैं घटना दसी। मैं क्या बहुत माड़ी गल, फिर मैं डब्बा कैसटा सीढ़ी वो गुड़िया ने देता। मैं क्या लै हूँ वो गाना तू कड़ के सुनी, उन्होंने भी जिथे जेडे जामे च हैगी कहीं तेरे वास्ते सर ने गाना लिखता। फिर वो गाना उस कैसट का इतिहासक गाना बनया हुआ जी। हादसों तो गाने क्रिएट करता मैं जी, ट्रैजडियां होंगे मजाकिया हसन वाले गाने घट लिखता मैं जी। की कहना कदे हस पाऊँ, क्योंकि बचपन च माँ मर गई सी जी, नौकरी मिली तो फादर की डैथ हो गई सी, दो भैणां दी डैथ हो गई जी, तो एक भरा दी डैथ हो गई जी, पत्नी दी डैथ हो गई जी। मौतां च घिरिया होया बंदा की लिख सकदा, इसलिए इस तरह के गाणियां नूं मेरे गाने सबजैक्ट बनते ने, तो हमेशा इस तरह ही मैनूं कुछ करना पिया। शिकवा शिकायत मैनूं कोई नहीं किसी दे, मेरे गायकां ते गायक गरीब हुंदे आ, माफ करन वाला बड़ा हुंदा है गुनाह करने वाले नालों। बिल्कुल सही, तो माफ ही किया जो भी किया किसी, मौत के भोग ते नहीं आया कोई, किसी ने फोन पर भी अफसोस नहीं किया किसी मेरे मरे का। होर फेसबुक उत्ते मैं बोल दिना हूं, लेकिन मैं नहीं चाहता मेरे इन्हें प्रोग्राम की जिदा मैं फैन है, जेडे दो मेरे सामने सितारे बैठे है और यह अदालत हैगी साढ़े स्रोत्या की साढ़े दर्शकों की अदालत है, ये देश विदेश से प्रोग्राम देखा जाता है। मैं यदि गरीबा ठेस लाव कि ना कि मेरे हंझू निकले, मैं तो इस गल की भी सारे दर्शकों तो माफ़ी मंगना, बहुत कुछ मेरे अंदर है जी, लेकिन अद्धे घंटे च सारा जीवन सुना टहना साहब तो बीबा थिंद बहुत औखा होंगे। बिल्कुल सही, असं बहुत सारे प्रोग्राम हूँ तक किए आ हज़ार की गिणती जी, अज असं पीड़ बिन्या प्रोग्राम है जो सुनिया जी, तो मैं फिर वह बेनती करना दर्शकों जी भी सारे कृपाल माणा साहब की तंदुरुस्ती दे लई दुआ करियो, जरूर करनगे जरूर करनगे। मैनूं बहुत तुसीं तंदुरुस्त रहना, मैं तुहानूं इक उदाहरण दिंदा जी, बंदे दे अंदर आ ना जिहड़ी इच्छा शक्ति बिल्कुल रोग मार सकती है, तुसीं इच्छा शक्ति वाले हैगे आ, कोई दो राय नहीं। इकबाल रामू वालिया साहब मेरे बहुत परम प्यारे सी जी, टोरंटो दे विच रहिंदे सी, उन्हां नूं कैंसर हो गया ते कई वरे वो आपदी इच्छा शक्ति दे नाल ही कैंसर नूं नप के रख्या उन्होंने जी, ते मैं उन्हां नूं फोन करके कदे कदे पुछना अंकल जी ठीक हो, मैनू की होया साले नूं मैं दब के रखा रगड़ता मैं कैंसर नूं विचे, भावे वह इस दुनिया के उत्ते नहीं पर मैनू पता भी वह जिन्ना चिर ज्यों आ ना वह बंब बन के ज्यौते रहे। बहुत अच्छी गल, भावे ना पानी का बुलबुला जिहड़ा ठीक है वह भावे कुछ मिंटा सैकेंटा का ही होवे पर पानी की हिक ते नचदा। बिल्कुल बिल्कुल, मैं चाहना भी तुसी इवें रहो। बहुत सारे एहो जे लोकां दीआं कहानियां सुनियां ने जिन्हां ने अपनी इच्छा शक्ति दे नाल इस नामुराद बीमारी नूं अपने अंदर खत्म कर दित्ता जी, ते इह कोई वड्डी गल नहीं, तुसी हां पक्खी सोच हमेशा रखो, जेकर हां पक्खी सोच होएगी तां कहिंदे हुंदे आ सियाणे कि जे बंदा ठान लवे तां उहदे लई पत्थर चुकणा वी कोई बहुता औखा काम नहीं, ते जे उह पहले ही ढेरी ढा जावे तां इक खंभ चुकणा वी औखा हो जांदा है, सो ढेरी नहीं ढाउणी सदा जिंदा दिला हमेशा। तुसी दो मेरे बच्चों वर्गे दोनों बैठे हो मेरे मूहरे, मैं तुहानू दावा करदा कि मैं बहुत स्ट्रोंग है, मैं अज इत्थे आके इन्ना सुकून महसूस कर रहा हाँ कि मेरी 60% बीमारी चली गई, एक मैनू होर बीमारी लग गई सी, मैं वो बीमारी का मेरी इलाज हो गया इत्थे आके, क्योंकि मैं अपनी मैनू लग देखो बीमारी बीमारी हुंदी आ ते जान जान हुंदी आ, जान नू घेर ले
ਸੱਪ ਵਰਗੀ ਹੁੰਦੀ ਹੈ ਬਿਮਾਰੀ, ਜੇ ਉਹ ਲਪੇਟਾ ਪਾਈ ਜਾਂਦੀ ਹੈ ਪਾਈ ਜਾਂਦੀ ਹੈ ਪਾਈ ਜਾਂਦੀ ਹੈ, ਇਕੱਲਾ ਹੌਸਲਾ ਨਹੀਂ ਲੜ ਸਕਦਾ। ਲੇਕਿਨ ਜੇ ਉਹਦੇ ਅੰਦਰਲੀਆਂ ਪੀੜਾਂ ਦਰਦ ਸੁਣਨ ਵਾਲਾ ਕੋਈ ਹੋਵੇ, ਅਤੇ ਇੱਕ ਜਿਹੜੇ ਮੇਰੇ ਕੋਲ ਗਾਇਕ ਆਉਂਦੇ ਆ ਜਾਂ ਹੋਰ ਆਉਂਦੇ ਆ ਜਾਂ ਕੋਈ ਵੀ ਆਉਂਦੇ ਆ, ਕੋਈ ਵੀ ਇਨਸਾਨ ਹੈ ਜਿਹੜਾ ਤੁਹਾਨੂੰ ਤੁਹਾਡਾ ਤੁਹਾਨੂੰ ਸਿਰਜਦਾ ਹੈ, ਜਿਹੜਾ ਤੁਹਾਡੀ ਤੁਹਾਨੂੰ ਬੁਲੰਦੀਆਂ 'ਤੇ ਤੱਕ ਲੈ ਕੇ ਜਾਂਦਾ, ਕਦੇ ਉਹਨੂੰ ਧੱਕੇ ਨਾਲ ਉਹਨੂੰ ਉਹ ਚੀਜ਼ ਨਾ ਖਵਾਓ ਜਾਂ ਸ਼ਰਾਬ ਹੈ ਜਾਂ ਸਿਰਗਟ ਹੈ ਨਾ ਉਹਦੇ ਮੂੰਹ 'ਚ ਪਾਓ, ਹਾਂ ਜਿਹਦੇ ਨਾਲ ਉਹਨੂੰ ਸਾਰੀ ਉਮਰ ਵਾਸਤੇ ਥੋਥੋਂ ਦੂਰ ਹੋਣਾ ਪੈ ਜੇ। ਇਸ ਤਰ੍ਹਾਂ ਦੇ ਲੋਕ ਵਾਹੀਆਤ ਕਹਾਉਂਦੇ ਆ ਲੋਕਾਂ ਤੋਂ, ਲੋਕ ਉਹਨਾਂ ਨੂੰ ਗਾਲਾਂ ਕੱਢਦੇ ਆ। ਮੈਂ ਨਹੀਂ ਚਾਹੁੰਦਾ ਮੇਰੇ ਗਾਏ ਹੋਏ ਗੀਤ ਹੋਣ ਜਿਹੜੇ ਸਿੰਗਰਾਂ ਨੇ ਉਹਨਾਂ ਨੂੰ ਲੋਕ ਗਾਲਾਂ ਕੱਢਣ ਜਾਂ ਉਹਨਾਂ ਦੀ ਨਿੰਦਿਆ ਕਰਨ, ਉਹਨਾਂ ਦੇ ਮਗਰ ਕਿਰਪਾਲ ਮਾਣਾ ਦੇ ਸੋਹਣੇ ਸੋਹਣੇ ਗੀਤ ਹੈ, ਉਹਨਾਂ ਦੀ ਜ਼ੁਬਾਨ 'ਚੋਂ ਨਿਕਲੇ ਹੋਏ ਗੀਤ ਹੈ, ਲੋਕ ਉਹਨਾਂ ਦਾ ਸਤਿਕਾਰ ਕਰਦੇ ਆ। ਕੈਨੇਡਾ ਤੋਂ ਮੈਨੂੰ ਇੱਕ ਮੇਰਾ ਦੋਸਤ ਹੈ ਬਿੱਟੂ, ਉਹ ਜਗਰਾਓਂ ਪਿੰਡ ਨੂੰ ਬਿਲੋਂਗ ਕਰਦਾ, ਉਹ ਕਹਿੰਦਾ ਕਿਰਪਾਲ ਮਾਣਾ ਜੀ ਇੱਕ ਸਿੰਗਰ ਦੀ ਨਿੰਦਿਆ ਕਰਦੇ ਆ, ਮੇਰੇ ਬਾਕੀ ਜਿਹੜੇ 33-34 ਉਹਦੀ ਨਿੰਦਿਆ ਕੋਈ ਨਹੀਂ ਕਰਦਾ, ਉਹ ਕਹਿੰਦੇ ਇੰਨੇ ਸੋਹਣੇ ਗੀਤ ਸੁਣੇ ਬਿਨਾਂ ਵੀ ਨਹੀਂ ਰਹਿ ਸਕਦੇ, ਅਤੇ ਇੰਨੇ ਮਾੜੇ ਬੰਦੇ ਤੋਂ ਗਵਾਏ ਆ ਕਿ ਸੁਣਨ ਨੂੰ ਜੀ ਵੀ ਨਹੀਂ ਕਰਦਾ। ਮੈਂ ਕਿਹਾ ਜਿਹੜੀ ਇੱਛਾ ਸ਼ਕਤੀ ਬਲਵਾਨ ਹੈ ਉਹ ਕਰਿਆ ਕਰੋ, ਜੇ ਮਾੜਾ ਬੰਦਾ ਸਮਝ ਕੇ ਗੀਤ ਨਹੀਂ ਸੁਣਨੇ ਬਿਲਕੁਲ ਨਾ ਸੁਣਿਆ ਕਰੋ, ਜੇ ਚੰਗੇ ਬੰਦੇ ਦੇ ਲਿਖੇ ਕਰਕੇ ਗੀਤ ਸੁਣਨ ਨੂੰ ਜੀ ਕਰਦਾ, ਆਪਦੀ ਆਵਾਜ਼ 'ਚ ਸੁਣਨ ਲੱਗ ਜਾਇਆ ਕਰੋ ਅੱਖਾਂ ਬੰਦ ਕਰਕੇ, ਤੁਸੀਂ ਸੋਚੋ ਵੀ ਮੈਂ ਗਾ ਰਿਹਾ, ਫਿਰ ਤੁਹਾਨੂੰ ਇੰਜੋਏ ਹੋਊਗਾ, ਕਿਉਂਕਿ ਤੁਹਾਡੇ ਦਰਦਾਂ ਦੇ ਗੀਤ ਹੈ, ਮੇਰੇ ਦਰਦਾਂ ਦੇ ਗੀਤ ਹੈ, ਦਰਦ ਸਾਡੇ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਆ, ਕਿਸੇ ਦਾ 20 ਹੁੰਦਾ ਕਿਸੇ ਦਾ 21 ਹੁੰਦਾ, ਬਿਲਕੁਲ ਸਹੀ, ਮਿਲਦੇ ਜੁਲਦੇ ਦਰਦ ਹੁੰਦੇ ਆ, ਬਿਲਕੁਲ ਸਹੀ। ਆਪਾਂ ਅੱਗੇ ਲੱਗੇ ਜੀ। ਜੀ ਬਿਲਕੁਲ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਦੁਬਾਰਾ ਜਦੋਂ ਮੌਕਾ ਮਿਲਿਆ ਆਪਾਂ ਫਿਰ ਇੱਥੇ ਬੈਠ ਕੇ ਵਿਚਾਰ ਸਾਂਝ ਪਾਵਾਂਗੇ। ਇੱਕ ਤਾਂ ਪਰਮਿਸ਼ਨ ਲਓ ਤੁਹਾਡੇ ਜਿਹੜੇ ਇਹਦੇ ਪ੍ਰਮੁੱਖ ਨੇ ਮਾਲਕ ਨੇ ਵੀ ਟਾਈਮ ਵੱਧ ਸਾਨੂੰ ਦਿਆ ਕਰੋ ਜੀ, ਕਿਉਂਕਿ ਅਧੂਰੀਆਂ ਗੱਲਾਂ ਨੱਪਣੀਆਂ ਪੈ ਜਾਣ ਜੇ। ਉਹ ਇੱਦਾਂ ਹੁੰਦਾ, ਮੈਂ ਇੱਕ ਉਹ ਇਨਸਾਨ ਹੈ ਜਿਹੜਾ ਕੋਈ ਗੰਨਾ ਦੇ ਦੀਏ ਕਿਸੇ ਘਲਾੜੀ ਵਿੱਚ, ਤੁਸੀਂ ਅਕਸਰ ਜੂਸ ਪੀਂਦੇ ਰਹਿੰਦੇ ਹੋ, ਉਹ ਗੰਨੇ ਨੂੰ ਨਿਕਲਦੇ ਦੇਖਿਓ ਉਹਦੀ ਦਸ਼ਾ ਕੀ ਹੋਈ ਵੀ ਹੁੰਦੀ ਹੈ। ਮੇਰੇ ਇੱਕ ਗਾਇਕ ਨੇ ਮੇਰੇ ਇਹੋ ਜਿਹੀ ਦਸ਼ਾ ਕੀਤੀ ਹੋਈ ਆ, ਔਰ ਮੈਂ ਚਾਹੁੰਦਾ ਸੀ, ਦੇਖੋ ਮੈਂ ਵੀ ਇਨਸਾਨ ਹੈ, ਮੈਂ ਕੋਈ ਦੇਵ ਨਹੀਂ ਹਾਂਗਾ ਕਿ ਮੈਂ ਉੱਥੇ ਸੇਕੇ ਲਵਾਉਣ ਲੱਗ ਜਾਂ ਅਤੇ ਉਹਨਾਂ ਤੋਂ ਵੱਧ ਸੇਕਾ ਲੱਗ ਜੇ, ਮੇਰਾ ਅੰਦਰ ਫਟ ਜੇ ਅਤੇ ਮੇਰੇ ਬੱਚਿਆਂ ਨੂੰ ਡਾਕਟਰ ਕਹਿ ਦੇਣ ਲੈ ਜਾਓ ਬੇਬਸ ਹੈ। ਮੈਂ ਇੱਥੇ ਆਉਣਾ ਚਾਹੁੰਦਾ ਸੀ, ਮੈਂ ਇਸ ਨੂੰ ਆਪਣਾ ਮੰਦਰ ਸਮਝ ਕੇ ਆਇਆ ਕਿ ਇਹ ਸਰੋਤਿਆਂ ਦੀ ਕਚਹਿਰੀ ਹੈ, ਕਚਹਿਰੀਆਂ 'ਚੋਂ ਲੋਕਾਂ ਨੇ ਕਮੈਂਟਾਂ ਨਾਲ ਮੈਨੂੰ ਇਨਸਾਫ ਦੇਣਾ, ਉਹਨਾਂ ਦੇ ਕਮੈਂਟ ਚਾਹੇ ਮੇਰੇ ਸੇਕੇ ਲੱਗ ਰਹੇ ਹੋਣ, ਮੈਂ ਪੜ੍ਹੂੰਗਾ ਜ਼ਰੂਰ, ਤੁਹਾਡੇ ਦਰਸ਼ਨ ਕਰੂੰਗਾ, ਮੈਂ ਆਪਣੇ ਦਰਸ਼ਨ ਆਪ ਵੀ ਕਰੂੰਗਾ ਕਿ ਮੈਂ ਵੀ ਬੈਠਾ ਇੱਥੇ, ਅਤੇ ਮੈਂ ਤੁਹਾਡੀਆਂ ਲੰਮੀਆਂ ਉਮਰਾਂ ਦੀ ਦੁਆ ਮੰਗਦਾ, ਤੁਸੀਂ ਇੰਨੀ ਲੰਮੀ ਉਮਰ ਭੋਗੋ ਕਿ ਮੇਰੇ ਪੋਤੇ ਵੀ ਜਦੋਂ ਕੋਈ ਆਰਟਿਸਟ ਬਣ ਕੇ ਤੁਹਾਡੇ ਸਾਹਮਣੇ ਆਉਣ, ਤੁਸੀਂ ਉਹਨਾਂ ਦੇ ਪ੍ਰੋਗਰਾਮਾਂ ਨੂੰ ਇੱਦਾਂ ਹੀ ਸਾਡੇ ਸਰੋਤਿਆਂ ਦਰਸ਼ਕਾਂ ਤੱਕ ਪਹੁੰਚਾਓ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਚਿਰ ਮੇਰੇ ਦਰਦਾਂ ਨੂੰ ਮਾਣਿਆ, ਔਰ ਮੈਂ ਹਮੇਸ਼ਾ ਤੁਹਾਡੇ ਲਈ ਸੁੱਖ ਮੰਗੀ ਹੈ, ਤੁਹਾਨੂੰ ਅੱਛੇ ਗੀਤ ਦਿੱਤੇ ਆ, ਜੇ ਮੈਂ ਚਲਾ ਗਿਆ ਤਾਂ ਵੀ ਧੰਨਵਾਦ, ਜੇ ਮੈਂ ਰਹਿ ਗਿਆ ਫਿਰ ਕਦੇ ਤੁਹਾਡੇ ਦਰਸ਼ਨ ਕਰੂੰਗਾ ਸਾਰਿਆਂ ਦੇ, ਇਸੇ ਤਰ੍ਹਾਂ ਆਪਾਂ ਮਿਲਦੇ ਗਿਲਦੇ ਰਹਾਂਗੇ। ਤੁਹਾਡਾ ਵੀ ਧੰਨਵਾਦ ਅਤੇ ਤੁਹਾਡਾ ਜੋੜੀ ਬੀਬਾ ਹਰਮਨ ਥਿੰਦ, ਇੰਨੀ ਪਿਆਰੀ ਕੁੜੀ, ਅਤੇ ਸਾਡਾ ਬਹੁਤ ਹੀ ਸਤਿਕਾਰ ਅਤੇ ਪਿਆਰਯੋਗ ਸਾਡਾ ਟਹਿਣਾ ਸਾਹਿਬ, ਮੈਂ ਕਹਿਣਾ ਅਸੀਂ ਹਮੇਸ਼ਾ ਤੁਹਾਡੇ ਲਈ ਦੁਆਵਾਂ ਮੰਗਦੇ ਹਾਂ। ਅੱਜ ਤੁਸੀਂ ਇੱਕ ਕੈਂਸਰ ਪੀੜਤ ਨੂੰ ਇੱਥੇ ਬੁਲਾ ਕੇ ਜਿਹੜੀ ਮਰਹਮ ਲਗਾਈ ਹੈ, ਪਰਮਾਤਮਾ ਕਰੇ ਤੁਹਾਡੇ ਲੋਕ ਪ੍ਰਲੋਕ ਦੇ ਵਿੱਚ ਇਹ ਮਰਹਮ ਸਹਾਈ ਹੋਵੇ, ਤੇ ਵਾਹਿਗੁਰੂ ਤੁਹਾਡੇ ਮਗਰ। ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਜੀ, ਫਿਲਹਾਲ ਲਈ ਪ੍ਰੋਗਰਾਮ ਸਮੇਟਦੇ ਹਾਂ ਜੀ, ਪ੍ਰਤੀਕਿਰਿਆ ਜ਼ਰੂਰ ਆਪਣੀ ਸਾਡੇ ਤੇ ਪਹੁੰਚਾਇਓ, ਤੇ ਨਾ ਹੁੰਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਜੱਜ ਦਾ ਵਿਚਾਰ।